ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਤੇ ਲੋ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਖਸ਼ਾਮਦੀਦ ਅੱਜ ਦਿਨ ਹੈ ਜੀ ਮੰਗਲਵਾਰ ਤੇ ਤਰੀਕ ਹੈ 22 ਦਸੰਬਰ ਸ਼ਾਮ ਦੇ 6:30 ਮਿੰਟ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਵਸ਼ਿੰਗਟਨ ਫਰੇਟ ਸਰਵਿਸ ਜਿਹੜੀ ਤੁਹਾਨੂੰ ਜਿਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਸੈਟਲ ਏਰੀਆ ਦੇ ਵਿੱਚ ਲੋਕਲ ਕੰਮ ਦਿੰਦੇ ਨੇ ਜੀ ਡੇਲੀ ਕੰਮ ਕਰਕੇ ਘਰੇ ਜਾ ਸਕਦੇ ਹੋ ਗੁਰਵਿੰਦਰ ਢਾਲੀਵਾਲ ਹੋਰਾਂ ਨਾਲ 206 3544060 ਤੇ ਸੰਪਰਕ ਕਰ ਸਕਦੇ ਹੋ ਜਗਦੇਵ ਸੰਧੂ ਹੋਰਾਂ ਨਾਲ 253 2666924 ਤੇ ਕਾਲ ਕਰ ਸਕਦੇ ਹੋ ਮਨਮੋਨ ਸਿੰਘ ਢਾਲੀਵਾਲ ਜੀ ਐਨ ਐਚ ਐਕਸਪ੍ਰੈਸ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਜੀ ਸੈਟਲ ਏਰੀਆ ਦੇ ਚਿਰ ਰੋਜ਼ਾਨਾ ਤੁਸੀਂ ਆਪਣਾ ਕੰਮ ਕਰਕੇ ਘਰੇ ਵਾਪਸ ਪਰਤ ਸਕਦੇ ਹੋ 2065500008 ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸਿੱਧੂ ਨੂੰ 6616671188 ਤੇ ਬਿਜਲੀ ਦੇ ਬਿੱਲਾਂ ਤੋਂ ਦੁਨੀਆ ਭਰ ਚੀ ਲੋਕ ਬੜੇ ਪਰੇਸ਼ਾਨ ਨੇ ਪਰ ਇਹਨੂੰ ਜ਼ੀਰੋ ਵੀ ਕੀਤਾ ਜਾ ਸਕਦਾ ਜਤਿੰਦਰ ਸਿੰਘ ਤੂਰ ਹੋਰਾਂ ਦਾ ਨੰਬਰ ਲਓ 661 7541722 ਬੇਕਰਸਫੀਲ드 ਤੇ ਇਸ ਦੇ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਕਿਵੇਂ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦੇ ਹੋ ਹੋਰ ਕੀ ਸਹੂਲਤਾਂ ਨੇ ਤਾਂ ਸੰਪਰਕ ਕਰ ਸਕਦੇ ਹੋ ਜਤਿੰਦਰ ਸਿੰਘ ਤੂਰ ਹੁਣਾਂ ਨਾਲ 661754 1722 ਤੇ ਟਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਲੋ ਸਾਹਿਬ ਕਿਸਾਨ ਕਹਿੰਦੇ ਸੀ ਗੱਲ ਤਾਂ ਕਰ ਲੈਣੇ ਕੋਈ ਨਹੀਂ ਸਾਨੂੰ ਗੱਲ ਕਰਨ 'ਚ ਕੋਈ ਇਤਰਾਜ਼ ਨਹੀਂ ਹੈਗਾ ਪਰ ਕਹਿੰਦੇ ਕਿ ਸਥਿਤੀ ਸਪਸ਼ਟ ਕਰੋ ਵੀ ਤੁਹਾਡੇ ਨਾਲ ਅਸੀਂ ਗੱਲ ਕਰੀਏ ਕਿਵੇਂ ਇਹ ਕੀ ਕਿਵੇਂ ਡਿਵੈਲਪ ਹੋਈ ਏ ਸਾਰੀ ਹਾਲਾਤ ਦੇਖੋ ਜੇ ਆਪਾਂ ਡਿਵੈਲਪ ਦੀ ਗੱਲ ਕਰੀਏ ਤਾਂ ਸਾਨੂੰ ਦੇਖਣਾ ਪੈਣਾ ਕਿ ਗੱਲ ਛਲ ਕਪਟ ਤੋਂ ਸ਼ੁਰੂ ਹੁੰਦੀ ਏ ਜੀ ਪਹਿਲਾਂ ਕਿਸਾਨਾਂ ਨਾਲ ਛਲ ਕਪਟ ਕੀਤਾ ਗਿਆ ਇਹ ਕਹਿ ਕੇ ਹੂੰ ਹੂੰ ਕਿ ਜਿਹੜੇ ਤਿੰਨ ਕਾਨੂੰਨ ਬਣਾਏ ਐ ਜੀ ਖੇਤੀ ਨਾਲ ਸੰਬੰਧਿਤ ਇਹ ਤੁਹਾਡੇ ਭਲੇ ਆਸਤੇ ਬਣਾਏ ਹੂੰ ਹੂੰ ਇਦੇ ਨਾਲ ਤੁਹਾਡਾ ਭਲਾ ਹੋਣਾ ਤੇ 2022 ਤੱਕ ਤੁਹਾਡੀ ਆਮਦਨ ਹੋ ਜਾਣੀ ਹੈ ਦੁਗਣੀ ਜੀ ਕਿਸਾਨਾਂ ਦੇ ਕੋਲੇ ਤਜਰਬਾ ਹੈ ਕਿਸਾਨ ਹੁਣ ਉਹ ਨਹੀਂ ਰਹੀ ਹੂੰ ਹੂੰ ਜਿਹੜੇ ਠੱਬੇ ਛਤਰਾ ਵਾਲੇ ਹੁੰਦੇ ਸੀ ਜੀ ਤੇ ਜਾ ਕੇ ਅੱਠ ਤੀਏ ਕੋਲੇ ਗੂਠਾ ਲਾ ਦਿੰਦੇ ਸੀ ਹੂੰ ਹੂੰ ਅੱਠ ਤੀਏ ਹਿਸਾਬ ਕਰਤਾ ਸੀ ਕਿ ਤੁਹਾਡੇ ਇੰਨੇ ਦੀ ਫਸਲ ਹੋਗੀ ਇੰਨਾ ਤੁਹਾਡਾ ਖਰਚਾ ਹੋਇਆ ਇੰਨਾ ਤੁਹਾਡਾ ਵਿਆਜ ਕੱਟਿਆ ਆਹ ਤੁਹਾਡੇ ਬਣਦੇ ਆ ਤੇ ਇਹ ਆ ਤੁਹਾਡੇ ਵੱਲ ਟੁੱਟ ਗਏ ਜੀ ਹੁਣ ਕਿਸਾਨ ਹੈ ਪੜੇ ਲਿਖੇ ਜੀ ਕਿਸਾਨਾਂ ਦੇ ਪੁੱਤ ਧੀਆਂ ਜਿਨ੍ਹਾਂ ਨੇ ਯੂਨੀਵਰਸਿਟੀਆਂ ਚ ਪੜ੍ਹੇ ਆ ਜਿਹੜੇ ਕਾਲਜਾਂ ਦੇ ਵਿੱਚ ਪੜ੍ਹੇ ਆ ਉਹਨਾਂ ਦੇ ਹੱਥ ਵਿੱਚ ਨੈਟ ਹੈ ਹੂੰ ਹੂੰ ਉਹਨਾਂ ਨੂੰ ਸਾਰੀ ਦੁਨੀਆ ਦੀ ਸੋਝੀ ਹੈ ਹੂੰ ਇੱਕ ਮਿੰਟ ਦੇ ਵਿੱਚ ਗੂਗਲ ਕਰਕੇ ਉਹ ਸਭ ਕੁਝ ਦੇਖ ਲੈਂਦੇ ਜੀ ਕਿ ਦੁਨੀਆ ਦੇ ਵਿੱਚ ਕਿੱਥੇ ਕੀ ਕੁਛ ਹੈ ਜਿਹੜੇ ਤਿੰਨ ਕਾਨੂੰਨ ਬਣਾਏ ਆ ਤਿੰਨ ਕਾਨੂੰਨਾਂ ਦਾ ਆਪਾਂ ਬੜੀ ਵਾਰੀ ਪਹਿਲਾਂ ਜ਼ਿਕਰ ਕਰ ਚੁੱਕੇ ਆ ਕਿ ਤਿੰਨ ਕਾਨੂੰਨ ਜਿਹੜੇ ਆ ਕਿਹ ਹੈ ਇਹਗੇ ਜੀ ਕਿ ਇੱਕ ਕਾਨੂੰਨ ਜਿਹੜੇ ਹੈਗੇ ਇਹ ਖੇਤੀ ਨਾਲ ਸੰਬੰਧਿਤ ਹੈ ਹੂੰ ਹੂੰ ਨਾ ਖੇਤੀ ਦਾ ਦੇ ਤਾਂ ਲੇਕਿਨ ਖੇਤੀ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈ ਜੀ ਕਮਰਸ ਤੇ ਟ੍ਰੇਡ ਦਾ ਨਾਮ ਪਾ ਕੇ ਹਮ ਇਹਨਾਂ ਨੇ ਜਿਹੜੀ ਹੈਗੀ ਸਟੇਟਾਂ ਦੇ ਅਧਿਕਾਰ ਖੇਤਰਾਂ ਦੇ ਵਿੱਚ ਜਿਹੜੀ ਹੈ ਸਿੱਧੀ ਦਖਲੰਦ ਦਖਲੰਦਾਂ ਜੀ ਅੰਦਰ ਵੜ ਗਏ ਔਰ ਇਹਨੂੰ ਅਸੀਂ ਇਹ ਦੇਖੀਏ ਕਿ ਇਹ ਕਾਨੂੰਨ ਕੇਂਦਰ ਨੇ ਆਪਣੀ ਮਰਜ਼ੀ ਨਾਲ ਹਮ ਆਪਣੇ ਕੁਝ ਅਫਸਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਸਲਾਹਕਾਰ ਹੈ ਜੀ ਉਹਨਾਂ ਦੀ ਰੈ ਮਸਫਰੇ ਦੇ ਨਾਲ ਇਹ ਜਿਹੜੇ ਕਾਨੂੰਨ ਤਿਆਰ ਹੋਏ ਵੀ ਹੈ ਸਰਕਾਰ ਨੇ ਤਾਂ ਸਿਰਫ ਇਹਨਾਂ ਦੇ ਉੱਤੇ ਸਹੀ ਪਾਈ ਹੈ ਤਿਆਰ ਉਹਨਾਂ ਨੇ ਨਹੀਂ ਕੀਤਾ ਸਭ ਕੁਝ ਜੀ ਉਹਨੂੰ ਦੀ ਆਪਾਂ ਜੀਐਸਟੀ ਦੀ ਗੱਲ ਕਰੀ ਗਈ ਹਮ ਹਮ GST ਨੂੰ ਲਾਗੂ ਕਰਨ ਵਾਸਤੇ ਕਿੰਨੀਆਂ ਮੀਟਿੰਗਾਂ ਹੋਈਆਂ ਸੀ ਬਹੁਤ ਸਾਰੀਆਂ ਸਾਰੀਆਂ ਸਟੇਟਾਂ ਨੂੰ ਬੁਲਾਇਆ ਗਿਆ ਸੀ ਬਿਲਕੁਲ ਸਾਰੀਆਂ ਸਟੇਟਾਂ ਦੇ ਜਿਹੜੇ ਵਿੱਤ ਮੰਤਰੀ ਐ ਉਹਨਾਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਗਾਹੇ ਵਗਾਹੇ ਫਿਰ ਉਹਦੇ ਵਿੱਚ ਚੇਂਜਸ ਹੁੰਦੇ ਗਏ ਰਹਿੰਦੇ ਗਏ ਹੂੰ ਹੂੰ ਮੇਰੇ ਖਿਆਲ ਬਈ ਦਰਜਨਾ ਬੰਦੀ ਮੀਟਿੰਗਾਂ ਹੋਈਆਂ ਜੀ ਤੇ ਅਜੇ ਤੱਕ ਹੋਰ ਹੋਣਗੇ ਪਰ GST ਦਾ ਕਿਉਂਕਿ ਕੇਂਦਰੀਕਰਨ ਹੋ ਚੁੱਕਾ ਸਾਰਾ ਕੁਝ ਹੂੰ ਹੂੰ ਜਿਹੜਾ ਬਣਦਾ ਪੈਸਾ ਤੁਹਾਡਾ ਬਣਦਾ ਪੈਸਾ ਤੁਹਾਨੂੰ ਮਿਲ ਹੀ ਰਿਹਾ ਉਹ ਬੰਲੇ ਤੋਂ ਸ਼ਾਹੂਕਾਰ ਬਣ ਗਏ ਸ਼ਾਹੂਕਾਰੋ ਬਣ ਗਏ ਕਿਉਂਕਿ ਸਾਰਾ ਕੁਸ਼ੀ ਜਿਹੜਾ ਹੈਗਾ ਸੈਂਟਰਲਾਈਜ਼ ਹੋ ਗਿਆ ਹੂੰ ਹੂੰ ਪੈਸਾ ਸਾਰਾ ਇਕੱਠਾ ਕਰਕੇ ਉਹਨਾਂ ਕੋਲ ਜਾਣੇ ਇਹਨਾਂ ਨੂੰ ਮਿਲਦਾ ਕੱਖ ਨਹੀਂ ਅੱਗੇ-ਅੱਗੇ ਟੈਕਸ ਆਪਣਾ ਨਾਲ ਉਹਦੇ ਸੀ ਸਿੱਧਾ ਹੂੰ ਹੂੰ ਤੇ ਹੁਣ ਉਹ ਜਿਹੜੇ ਹੈਗੇ ਵਿੱਤ ਮੰਤਰੀ ਰਾਜਾਂ ਦੇ ਉਹ ਚੀਕਾ ਮਾਰ ਰਹੇ ਬੀਆ ਕੀ ਕਰ ਲਿਆ ਵੀ ਅਸੀਂ ਆ ਕੀ ਕਰ ਲਿਆ ਆਪਦੇ ਪੈਰ ਆਪ ਕੋਹਾੜਾ ਮਾਰ ਲਿਆ ਹੂੰ ਹੂੰ ਮੇਰੇ ਯਾਦ ਆਏ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਚ ਹੁੰਦੇ ਸੀ ਜੀ ਅਕਾਲੀ ਦਲ ਦੇ ਵਿੱਚ ਹੁੰਦੇ ਆ ਵਿੱਤ ਮੰਤਰੀ ਹੁੰਦੇ ਸੀ ਹੂੰ ਹੂੰ ਕੇਂਦਰ ਦੇ ਵਿੱਚ ਵਿੱਤ ਮੰਤਰੀ ਹੁੰਦੇ ਸੀਗੇ ਪ੍ਰਨਾਬ ਮਖਰਜੀ ਜੀ ਜੀ ਇਹ ਗੱਲ ਉਦੋਂ ਵੀ ਜੀਐਸਟੀ ਵਾਲੀ ਚੱਲਦੀ ਸੀ ਔਰ ਉਦੋਂ ਭਾਰਤੀ ਜਨਤਾ ਪਾਰਟੀ ਜੀਐਸਟੀ ਦਾ ਵਿਰੋਧ ਕਰਦੀ ਵਿਰੋਧ ਕਰਦੀ ਸੀ ਬਿਲਕੁਲ ਭਾਰਤੀ ਜਨਤਾ ਪਾਰਟੀ ਵਿਰੋਧ ਕਰਦੀ ਸੀਗੀ ਲੇਕਿਨ ਇਹ ਅਕਾਲੀ ਦਲ ਤੋਂ ਪਾਸੇ ਹੋ ਗਏ ਸੀ ਥੋੜਾ ਜਿਹਾ ਔਰ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵਾਰੀ মিডিਆ ਨਾਲ ਜਿਹੜੀ ਇੰਟਰੈਕਸ਼ਨ ਹੁੰਦੀ ਸੀ ਗੱਲਬਾਤ ਹੁੰਦੀ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਜੀ ਜਿਹੜਾ ਜੀਐਸਟੀ ਹੈ ਗੁੱਡਸ ਟੈਕਸ ਗੁਰੂਸਤੇ ਸਰਬਸਟ੍ਰੈਕਸਾਰੇ ਹੈ ਤੇ ਇਹਦੇ ਨਾਲ ਮਾਲਾ ਮਾਲ ਹੋ ਜਾਣਗੇ ਜੀ ਤੇ ਸਾਡੇ ਜਿਹੜੇ ਵਿੱਤ ਮੰਤਰੀ ਸੀ ਉਸ ਵੇਲੇ ਦੇ ਅਰੁਣਜੀਤ ਲੀ ਸਾਬ ਹੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵਿੱਤ ਮੰਤਰੀ ਪੁੱਛਿਆ ਕਰਨਗੇ ਅਗਲੀ ਮੀਟਿੰਗ ਕਦੋਂ ਹੋਣੀ ਹੈ ਹਾਂ ਉਹਦਾ ਪੁੱਛਦੇ ਹੁਣ ਵੀ ਅਗਲੀ ਮੀਟਿੰਗ ਕਦੋਂ ਹੋਣੀ ਹੈ ਭਰਾਵੋ ਪੈਸੇ ਦੇ ਦਿਓ ਬਹੁਤ ਪੈਸੇ ਦੀ ਖਾਤਰ ਤੇ ਮੈਨੂੰ ਕਦ ਪਤਾ ਲੱਗਿਆ ਕੱਲ ਮੈਂ ਕਿਸੇ ਕਾਂਗਰਸੀ ਲੀਡਰ ਕੋਲੇ ਬੈਠਾ ਸੀ ਹੂੰ ਮੈਂ ਕਿਹਾ ਭਾਈ ਬਣੂੰਗਾ ਕੀ ਉਹ ਕਹਿੰਦਾ ਯਾਰ ਪੰਜਾਬ ਨਾਲ ਬਿਤਕਰਾ ਹੀ ਵਾਲਾ ਹੋ ਜਾਂਦਾ ਅੱਛਾ ਜੀ ਮੈਂ ਕਿਹਾ ਵੀ ਕਿੰਨਾ ਕੁ ਬਿਤਕਰਾ ਹੁੰਦਾ ਹੈ ਹੂੰ ਕਹਿੰਦਾ ਬਿਤਕਰਾ ਸੁਣ ਲੋ ਸਾਡਾ ਵਿੱ ਤੁਹਾਡੇ ਤਾਂ ਕਹਿੰਦਾ ਬਠਿੰਡੇ ਦਾ ਪ੍ਰਤੀਨਿਧ ਐ ਅਮਰੀਕੀ ਸਿਨੀਅਰ ਲੀਡਰ ਨਾਲ ਕਾਂਗਰਸ ਨਾਲ ਗੱਲ ਹੋਈ ਸਾਡਾ ਕਹਿੰਦਾ ਵਿਤਮંત્રી ਦਿੱਲੀ ਗਿਆ ਸੀ ਕਹਿੰਦਾ ਥਾਂ ਥਾਂ ਤੇ ਧੱਕੇ ਖਾ ਕੇ ਮੁੜ ਆਇਆ ਕਿਸੇ ਨੇ ਬਾਰੀ ਨਹੀਂ ਖੋਲਿਆ ਅੱਛਾ ਗੱਲ ਹੀ ਨਹੀਂ ਸੁਣੀ ਓਕੇ ਤੇ 14 ਕ 1000 ਕਰੋੜ ਰੁਪਈਆ ਕਹਿੰਦੇ ਸਾਡਾ ਬਕਾਇਆ ਪਿਆ ਹੈ ਕੇਂਦਰ ਵੱਲ ਕੇਂਦਰ ਵੱਲ 14000 ਕਰੋੜ ਰੁਪਈਆ ਲੈਣ ਵਾਸਤੇ ਜਿਹੜਾ ਸਾਡਾ ਹਿੱਸਾ ਬਣਦਾ ਹੈ 14000 ਕਰੋੜ ਵਿੱਚੇ ਮੇਰਾ ਕਹਿੰਦਾ ਸਾਰਾ ਕੰਪਨਸੇਸ਼ਨ ਵਗੈਰਾ ਪਾ ਕੇ ਉਹ ਬਣਦਾ ਕਹਿੰਦੇ ਜੀ ਉਹ ਨਹੀਂ ਸਾਨੂੰ ਜ਼ੇਰ ਹੈ ਹੁਣ ਤੁਸੀਂ ਇਹ ਦੇਖੋ ਕਿ ਜੀਐਸਟੀ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਜਿਹਦਾ ਰੈ ਮਸ਼ਵਰਾ ਕਰਕੇ ਬਣਾਇਆ ਸੀ ਜੀ ਹਾਲ ਤੋ ਦੇ ਜ ਮਾੜੀ ਹੈ ਹਮ ਤੇ ਜਿਹੜਾ ਖੇਤੀ ਵਾਲਾ ਕਾਨੂੰਨ ਕਿਸਾਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ ਰਾਜਾਂ ਨੂੰ ਕਹਿੰਦੇ ਜੀ ਇਹ ਬੁਲਾਇਆ ਸੀ ਬੁਲਾਇਆ ਸੀ ਰਾਜਾਂ ਦੀ ਕਦੇ ਸਹਿਮਤੀ ਲਈ ਲਈ ਸੀ ਚਲੋ ਲਾਈ ਲੋ ਰਾਜਾਂ ਦੀ ਮੈਂ ਆਪਾਂ ਹਰ ਗੱਲ ਦੇ ਵਿੱਚ ਸਹਿਮਤ ਨਹੀਂ ਹੁੰਦੇ ਰਵਨੀਤ ਬਿੱਟੂ ਦੀ ਨਾਲ ਪਰ ਉਹਦੀ ਇੱਕ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਹਮ ਇੱਕ ਟੀਵੀ ਡਿਬੇਟ ਦੇ ਵਿੱਚ ਉਹਨੂੰ ਕਿਹਾ ਜਿਹੜਾ ਇਹਨਾਂ ਦਾ ਕਾਂਗਰਸ ਆਪਣਾ ਬੀਜੇਪੀ ਦਾ ਸਪੋਕਸਪਰਸਨ ਹੈ ਹਾਂ ਅੱਜ ਕੱਲ ਬਣਿਆ ਹੋਇਆ ਹਰਜੀਤ ਸਿੰਘ ਗਰੇਵਾਲ ਹਾਂ ਬੜਾ ਉਹ ਉਹ ਕਹਿੰਦਾ ਜੀ ਇਹਨਾਂ ਦਾ ਮੁੱਖ ਮੰਤਰੀ ਨੇ ਆਪਰ ਕਹਿ ਕੇ ਦੀ ਕਾਂਗਰਸ ਵਾਲੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਨੂੰ ਕਮੇਟੀ ਚ ਕਿਉਂ ਨਹੀਂ ਪਾਉਂਦੇ ਪੰਜਾਬ ਨੂੰ ਕਿਉਂ ਨਹੀਂ ਪਾਉਂਦੇ ਅਸੀਂ ਉਹ ਪਾ ਲਿਆ ਹੂੰ ਫਿਰ ਕਹਿੰਦੇ ਜੀ ਵਿਤ ਮੰਤਰੀ ਵੀ ਗਿਆ ਸੀ ਉਹ ਪਾ ਲਿਆ ਤੇ ਰਵਨੀਤ ਬਿੱਟੂ ਨੇ ਇੱਕ ਵਾਰ ਉਹਦੀਆਂ ਗੱਲ ਕਹੀ ਹੂੰ ਉਹਦਾ ਮਨ ਲਾ ਯਾਰ ਅਸੀਂ ਸਾਰਿਆਂ ਨੇ ਗੂਠੇ ਲਾਤੇ ਹੂੰ ਵੀ ਬਣਾ ਦੇ ਤੁਸੀਂ ਕਾਨੂੰਨ ਸਾਡੇ ਕਹਿਣ ਤੇ ਬਣਾਉਣ ਵਾਲੀ ਗੱਲ ਨੂੰ ਤੁਸੀਂ ਮਾਰੋ ਗੋਲੀ ਹੂੰ ਅਸੀਂ ਗੁਨਾਹਗਾਰ ਹਾਂ ਲੱਖਾਂ ਲੋਕ ਦਿੱਲੀ ਦੇ ਆਲੇ ਦੋਲੇ ਬੈਠੇ ਆ ਇਹਨਾਂ ਨੂੰ ਤਾਂ ਪੁੱਛ ਲੋ ਹੁਣ ਇਹਨਾਂ ਦੇ ਇਹ ਕਹਿੰਦੇ ਵੀ ਸਾਨੂੰ ਇੱਕ ਕਾਨੂੰਨ ਨਹੀਂ ਚਾਹੀਦਾ ਤੁਸੀਂ ਵਾਪਸ ਕਿਉਂ ਨਹੀਂ ਲੈਦੇ ਹਾਂ ਲੈ ਲਓ ਹੁਣ ਵਾਪਸ ਲੈਣ ਕਿਉਂ ਕਿ ਜਿਨ੍ਹਾਂ ਦੀ ਖਾਤਰ ਬਣਾਏ ਆ ਉਹ ਜਿਹੜੇ ਹੈਗੇ ਆ ਉਹਨਾਂ ਨੇ ਹੈਲੀਕਾਪਟਰ ਵੀ ਦੇਣੇ ਉਹਨਾਂ ਨੇ ਸਾਰਾ ਕੁਝ ਦੇਣਾ ਨਾਲੇ ਉਹਨਾਂ ਨੂੰ ਲੈਣਾ ਵੀ ਮਿਲ ਗਿਆ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਮਿਲੇ ਉਹਨਾਂ ਨੇ ਮਤਲਬ ਜਿਹੜੇ ਹੈਗੇ ਆ ਇਲੈਕਸ਼ਨ ਲੜਨ ਵਾਸਤੇ ਚੰਦੇ ਵੀ ਦੇਣੇ ਉਹਨਾਂ ਨੇ ਇਲੈਕਟਰਲ ਬਾਉਂਡ ਦੇ ਵਿੱਚ ਵੀ ਪੈਸੇ ਪਾਉਣੇ ਉਹਨੇ ਪੀਐਮ ਕੇਅਰਸ ਫੰਡ ਦੇ ਵਿੱਚ ਵੀ ਪੈਸੇ ਪਾਉਣੇ ਸਾਰਾ ਕੁਝ ਪਾਉਣੇ ਇਸ ਕਰਕੇ ਜਿਹੜੇ ਇਹਨਾਂ ਮਲ ਇਹ ਤਾਂ ਵਿਚਾਰੇ ਸਿਰਫ ਆਪਦੀ ਮਿਹਨਤ ਮਜ਼ਦੂਰੀ ਦੇ ਉੱਤੇ ਜਿਹੜੇ ਹੈਗੇ ਆ ਪਾਲਣ ਵਾਲੇ ਬੰਦੇ ਪਾਲਣ ਵਾਲੇ ਬੰਦੇ ਹਾਂਜੀ ਉਹ ਇਸੇ ਕਰਕੇ ਕਹਿੰਦੇ ਵੀ ਇਹਨਾਂ ਦੀ ਜਿਹੜੀ ਇਹਨੂੰ ਪੱਕੇ ਮਜ਼ਦੂਰੀ ਬਣਾ ਦਿਓ ਹੂੰ ਹੂੰ ਉਹ ਖੋਖੇ ਦਰ ਦੇਦੇ ਤੇ ਇਹਦੇ ਵਿੱਚ ਜਿਹੜੀ ਹੁਣ ਜਿਹੜੀ ਨਵੀਂ ਪ੍ਰੋਬਲਮ ਕਿਉਂ ਆਈ ਹੈ ਜਿਹੜੀ ਤੁਸੀਂ ਪੁੱਛਦੇ ਹੋ ਤੁਹਾਡਾ ਸਵਾਲ ਹੈ ਹੂੰ ਹੂੰ ਕਿ ਕਿਸਾਨਾਂ ਨੂੰ ਇਹ ਕਹਿੰਦੀ ਲੋੜ ਕਿਉਂ ਪਈ ਜੀ ਬਿਵੇਕ ਅਗਰਵਾਲ ਹੂੰ ਇਕਾਈ ਐਸ ਓਫੀਸਰ ਹੈ ਹਾਂਜੀ ਜੁਆਇੰਟ ਸੈਕਟਰੀ ਹੈ ਐਗਰੀਕਲਚਰ ਡਿਪਾਰਟਮੈਂਟ ਚ ਜੀ ਹੁਣ ਚਿੱਠੀ ਉਹਨਾਂ ਦੀ ਆਈ ਹੈ ਹੂੰ ਹੂੰ ਉਹ ਚਿੱਠੀ ਦਰਸ਼ਨਪਾਲ ਨੂੰ ਲਿਖਦੀ ਹੈ ਜਿਹੜੇ ਡਾਕਟਰ ਦਰਸ਼ਨਪਾਲ ਇਹਨਾਂ ਦੇ ਕੋਆਰਡੀਨੇਟਰ ਹੈ ਵੀ ਤੁਸੀਂ ਜਿਹੜੀ ਚਿੱਠੀ ਭੇਜੀ ਹੈ ਸਾਨੂੰ ਹੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਅਸੀਂ ਤੁਹਾਨੂੰ ਪ੍ਰੋਪੋਜ਼ਲ ਭੇਜ ਦਾਂਗੇ ਗ੍ਰਹਿ ਮੰਤਰੀ ਨਾਲ ਜਿਹੜੀ ਮੀਟਿੰਗ ਉਹ ਪ੍ਰੋਪੋਜ਼ਲ ਇੱਕ ਹੋਰ ਚੀਜ਼ ਆ ਹਾਂ ਉਹ ਪ੍ਰੋਪੋਜ਼ਲ ਇਹਨਾਂ ਨੇ ਭੇਜਤੀ ਕਿਸਾਨਾਂ ਨੇ ਦੇਖਿਆ ਵੀ ਉਹ ਪ੍ਰੋਪੋਜ਼ਲ ਦੇ ਵਿੱਚ ਹੈ ਹੀ ਕੁਝ ਨਹੀਂ ਕਿਸਾਨਾਂ ਨੇ ਤਾਂ ਨੂੰ ਰਿਸਪੌਂਡ ਕਰਨਾ ਜ਼ਰੂਰੀ ਨਾ ਸਮਝਿਆ ਹੂੰ 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 ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਫਿਰ ਕਹਿੰਦੇ ਤੁਸੀਂ ਜਵਾਬ ਨਹੀਂ ਦਿੰਦੇ ਹੂੰ ਲਓ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਰਸ਼ਨਪਾਲ ਇੱਕ ਕੋਆਰਡੀਨੇਟਰ ਹੈ ਉਹਨੂੰ ਚਿੱਠੀ ਲਿਖ ਹੁਣ ਕਹਿੰਦੇ ਜੀ ਤੁਹਾਨੂੰ ਅਸੀਂ ਮੀਟਿੰਗ ਲਈ ਬੁਲਾ ਰਹੇ ਹਾਂ ਹੂੰ ਕਦੋਂ ਬੁਲਾਈਏ ਇੱਕ ਤਾਂ ਇਹ ਦੱਸ ਦਿਓ ਜੀ ਨਾਲ ਅਗਲੀ ਗੱਲ ਕਹਿੰਦੇ ਇਹ ਜਿਹੜੀ ਤੁਸੀਂ ਚਿੱਠੀ ਭੇਜੀ ਹੈ ਇਹ ਤੁਹਾਡੇ ਆਪਣੇ ਵਿਚਾਰ ਹੈ ਕਿ ਕਹਿੰਦੇ ਬੱਤੀ ਜਿਹਾ ਬੰਦਿਆਂ ਦੇ ਅੱਛਾ ਉਹ ਅੱਡ ਪੁੱਛਦੇ ਆ ਉਹ ਪੁੱਛਦਾ ਹੈ ਇੱਕ ਜੁਆਇੰਟ ਸੈਕਟਰੀ ਪੁੱਛਦਾ ਹੈ ਹਾਂ ਹਾਂ ਵਿੱਤ ਮੰਤਰੀ ਆ ਤੁਹਾਡਾ ਨਾਂ ਦਾ ਵਿੱਤ ਮੰਤਰੀ ਪੁੱਛਦਾ ਹੈ ਨਾ ਟ੍ਰੇਡ ਕਮਰਸ ਦੇ ਟ੍ਰੇਡ ਮੰਤਰੀ ਪੁੱਛਦਾ ਹੈ ਨਾ ਕੀਤੀਬੜੀ ਮੰਤਰੀ ਪੁੱਛਦਾ ਹੈ ਇੱਕ ਨੌਕਰ ਸਾਹਿਬ ਪੁੱਛਦਾ ਹੂੰ ਸੰਘਰਸ਼ ਕਰਨ ਵਾਲੀਆਂ ਜਿੱਥੇ ਬੰਦਿਆਂ ਨੂੰ ਵੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਫਿਰ ਤੁਸੀਂ ਇਹ ਦੱਸੋ ਜੇ ਤੁਸੀਂ ਸਹਿਮਤ ਨਹੀਂ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੋਈ ਤੁਸੀਂ ਸਹਿਮਤ ਕਿਉਂ ਨਹੀਂ ਕਿਉਂ ਨਹੀਂ ਲੈ ਦੱਸ ਵੀ ਤੂੰ ਪੇਪਰ ਪਾਇਆ ਤੂੰ ਸਾਨੂੰ ਹਾਂ ਹੁਣ ਉਹ ਉਹ ਮਤਲਬ ਤੁਸੀਂ ਸੰਘਰਸ਼ਸ਼ੀਲ ਬੰਦਿਆਂ ਦੇ ਨਾਲ ਜਿਹੜਾ ਇਸ ਕਿਸਮ ਦਾ ਵਰਤੋਅ ਕਰਨਾ ਹੈ ਉਹ ਕਹਿੰਦੇ ਜੀ ਇਹਦੇ ਵਿੱਚ ਹੈ ਹੀ ਕੀ ਹੈ ਤਾਂ ਉਹੀ ਕੁਛ ਹੈ ਜਿਹੜਾ ਪਹਿਲਾਂ ਜ਼ੁਬਾਨੀ ਕਹਦੇ ਸੀ ਜ਼ੁਬਾਨੀ ਕਹਿੰਦੇ ਹੁੰਦੇ ਸੀ ਹਾਂ ਹੁਣ ਲਿਖਤੀ ਚਿੱਠੀ ਭੇਜ ਤੇ ਸਾਨੂੰ ਨਹੀਂ ਮਿੱਤਰੋ ਇਹ ਮਨਜ਼ੂਰ ਹੂੰ ਹੂੰ ਅੱਜ ਇਹਦੇ ਤੇ ਮੁੱਦੇ ਦੇ ਉੱਤੇ ਹੁਣ ਉਹਨਾਂ ਦੀ ਮੀਟਿੰਗ ਚੱਲੀ ਜਾਂਦੀ ਐ ਇੱਕ ਸੰਜ ਜਿੱਥੇ ਬੰਦਗੀਆਂ ਅੱਛਾ ਜੀ ਉਹ ਕਹਿੰਦੇ ਫਿਰ ਇਹਦਾ ਮਾਕੂਲ ਉੱਤਰ ਜਿਹੜਾ ਹੈਗਾ ਨਾਲ ਕਿਸਾਨਾਂ ਨੇ ਕਹਿਤਾ ਕਿ ਸਾਡੇ ਤੇ ਇਹ ਇਲਜ਼ਾਮ ਨਾ ਲੱਗੇ ਕਿ ਅਸੀਂ ਗੱਲਬਾਤ ਵਾਸਤੇ ਨਹੀਂ ਆਉਣ ਨੂੰ ਤਿਆਰ ਹੂੰ ਹੂੰ ਅਸੀਂ ਗੱਲਬਾਤ ਲਈ ਆਉਣ ਵਾਸਤੇ ਤਿਆਰ ਆ ਜੀ ਲੇਕਿਨ ਕੋਈ ਠੋਸ ਤੁਹਾਡੇ ਕੋਲ ਠੋਸ ਹੱਲ ਕੀ ਹੈ ਹੂੰ ਹੂੰ ਸਰਕਾਰੋਂ ਤਾਂ ਪੇਸ਼ ਕਰੇ ਸਰਕਾਰ ਕਹਿੰਦੇ ਗੱਲਬਾਤ ਵਾਸਤੇ ਆਜੋ ਜੀ ਕਾਨੂੰਨ ਅਸੀਂ ਵਾਪਸ ਨਹੀਂ ਲੈਣੀ ਹੂੰ ਹੂੰ ਰੱਖਾਂਗੇ ਅਸੀਂ ਉਹੀ ਤਜਵੀਜ਼ ਜਾਂ ਜਿਹੜੀਆਂ ਥੋੜੀਆਂ ਜੁਨੀ ਹੈਗੀਆਂ ਜੀ ਕਹਿੰਦੇ ਸੱਤ ਕਾਪ ਦੀ ਆਪੀ ਪੁਆਇੰਟ ਕੱਢੀ ਸੀ ਆ ਸੱਤ ਕੰਨਾਂ ਜੀ ਕਹਿੰਦੇ ਗਲਤ ਹੈ ਹੂੰ ਹੂੰ ਜੇ ਸੱਤ ਇੱਕ ਕਾਨੂੰਨ ਬਣਾਇਆ ਤੁਸੀਂ ਕਾਨੂੰਨ ਚ ਮੰਨਦੇ ਹੋ ਕਿ ਸੱਤ ਗੱਲਾਂ ਗਲਤ ਹੈ ਤੇ ਫਿਰ ਫਿਰ ਉਹ ਜਿਹੜੀ ਕਿ ਗਰਹਿ ਕਿ ਗਏ ਹਾਂ ਜੇ ਸੱਤ ਗੱਲਾਂ ਗਲਤ ਪਾਈਆਂ ਤਾਂ ਇਹਦਾ ਮਤਲਬ ਇਹਦਾ ਤੁਹਾਡੀ ਜਿਹੜੀ ਹੈ ਉਹ ਬੇਈਮਾਨ ਹੈ ਬੇਈਮਾਨ ਹੈ ਸੋਚ ਬੇਈਮਾਨ ਸੀ ਹਾਂ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਜਿਵੇਂ ਮਾਲਕਾਂ ਨੇ ਲਿਖ ਕੇ ਦਿੱਤਾ ਤੁਸੀਂ ਚੱਕ ਕੇ ਅੱਗੇ ਕਰਦੇ ਕਿਸਾਨ ਸੁਚੇਤ ਹੈ ਇਸ ਕਰਕੇ ਕਿਸਾਨ ਆਪਣੇ ਬੱਚਿਆਂ ਦੇ ਗੱਲ ਦੇ ਵਿੱਚ ਅੰਗੂਠਾ ਆਪ ਦੀ ਆਪ ਕਿਵੇਂ ਦੇ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਨਾ ਉਹ ਤਾਂ ਤੁਹਾਨੂੰ ਭੁੱਖਣ ਭਾਰਾ ਉੱਥੇ ਬੈਠਾ ਹੈ ਫਿਰ ਤੁਸੀਂ ਹੋਰ ਦੇਖੋ ਕਿਸਾਨਾਂ ਦੇ ਨਾਲ ਜੱਗੋਦੇਰ ਵੀ ਕੀ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੇ ਕਹਿੰਦੇ ਜੀ ਖਾਤੇ ਪੜਤਾਲ ਨਹੀਂ ਸ਼ੁਰੂ ਕਰਦੇ ਅੱਛਾ ਇਹਨਾਂ ਕੋਲੋਂ ਕਹਿੰਦੇ ਜੀ ਫੋਰਨ ਫੰਡਿੰਗ ਹੋ ਰਹੀ ਹੈ ਹੂੰ ਫੋਰਨ ਫੰਡਿੰਗ ਦਾ ਮਤਲਬ ਹੁੰਦਾ ਜਦੋਂ ਕੋਈ ਮੋਟਾ ਪੈਸਾ ਆ ਜੇ ਆਉਂਦੇ ਤਾਂ 50 50 ਡਾਲਰ 20 ਵੀ ਡਾਲਰ ਫੋਰਨ ਫੰਡਿੰਗ ਜਿਹੜੀ ਹੁੰਦੀ ਹੈ ਫੋਰਨ ਫੰਡਿੰਗ ਉਹ ਹੁੰਦੀ ਸੀ ਜਿਹੜੀਆਂ ਜਾਇਨ ਡੈਰੀਜ਼ ਦੇ ਵਿੱਚੀ ਦਾ ਹਵਾਲਾ ਦਿੱਤਾ ਹਵਾਲਾ ਦਿੱਤਾ ਵੇ ਅਸੀਂ ਉਹ ਨਹੀਂ ਜਿੱਥੇ ਜਿੱਥੇ ਕੋਲਟਾ ਵੀ ਜਿਹੜੀਆਂ ਹੈਗੀਆਂ ਮੂੰਹ ਪਰ ਇਹਨੂੰ ਕਰ ਲਈ ਸੀ ਅਸਲ ਦੇ ਵਿੱਚ ਫੋਰਨ ਫੰਡਿੰਗ ਉਹ ਹੁੰਦੀ ਹੈ ਜਦੋਂ ਉਹਨਾਂ ਨੇ ਸਾਡੇ ਭੇਜ ਲੈਣੇ ਹੁੰਦੇ ਜਦੋਂ ਉਹ ਸਾਡੇ ਸਦੀ ਰਾ ਹੈਗਾ ਸੁਰੱਖਿਆ ਢਾਂਚੇ ਦੇ ਵਿੱਚ ਇੰਟਰਵਿਨ ਕਰਦੀ ਹੈ ਜੀ ਜੀ ਜਾਂ ਫੋਰਨ ਫੰਡਿੰਗ ਉਹ ਹੁੰਦੀ ਹੈ ਜਦੋਂ ਉਹਨਾਂ ਨੇ ਆਪਣੇ ਹਥਿਆਰ ਵਿੱਚ ਨਹੀਂ ਹੁੰਦੀ ਹੈ ਹਮ ਹਮ ਦਲਾਲਾਂ ਦੇ ਰਾਹੀਂ ਤੁਹਾਨੂੰ ਜਿਹੜਾ ਹੈ ਉਹ ਰਿਸ਼ਵਤ ਦਿੰਦੀ ਹੈ ਫੋਰਨ ਫੰਡਿੰਗ ਉਹ ਹੁੰਦੀ ਹੈ ਜੇ ਕੋਈ ਕਿਸੇ ਗਰੀਬ ਦਾ ਪੁੱਤ ਕੈਨੇਡਾ ਦੇ ਵਿੱਚ ਜਾ ਕੇ ਦਿਹਾੜੀ ਕਰੀ ਜਾਂਦਾ ਹੈ ਹਮ ਹਮ ਉਹਨੇ 10 ਡਾਲਰ ਪਾਤੀ 1500 ਰੁਪਿਆ ਵੇਚਦਾ ਕੀ ਕਰਤਾ ਫਿਰ ਉਹਨੇ ਦੀ ਕਹੇ ਪੰਜ ਸਪੰਜ 10 ਸਿਰ 10 ਡਾਲਰ ਦਾ 1500 2000 ਜੋ ਵੀ ਹੈਗਾ 10 ਡਾਲਰ 700 ਹੀ ਬਣਦਾ 700 ਬਣਦਾ ਚਲੋ ਉਹਨੇ 10 ਨਹੀਂ 20 ਪਾਤੀ ਕਿਸੇ ਨੇ 100 ਪਾਤਾ ਕਿਸੇ ਨੇ ਕੁਨਾ ਕੁਛ ਪਾਤਾ ਉਹਨੇ ਕੀ ਪਾਤਾ ਹੂੰ ਹੂੰ ਜੇ ਕੋਈ ਟਰੱਕ ਡਰਾਈਵਰ ਉਹਨੇ ਕਿਨਾ ਕੁ ਪਾਇਦਾ ਹੈ ਤਾਂ ਉਹ ਵੀ ਮਹਿੰਤਕਾਸ਼ ਹੈ ਮਹਿੰਤਕਾਸ਼ ਹੀ ਹੈ ਖੂਨ ਪੀਸੀਦਾ ਹੈ ਛਾਰਾ ਮੈਨੂੰ ਮੁੰਡੇ ਕਹਿੰਦੇ ਜੀ ਕਹਿੰਦੇ ਹੁਣ ਫੋਨ ਆਇਆ ਆਪਣੇ ਜਸਪਰੀ ਤਾਂ ਮੁੰਡਾ ਆਪਣਾ ਉਹਦਾ ਤੇ ਹੋਰ ਕਹੀ ਜਾਂਦਾ ਕਹਿੰਦੇ ਬਾਈ ਜੀ ਅਸੀਂ ਤਾਂ ਦੋ ਦੋ ਘੰਟੇ ਕੰਮ ਬੰਦ ਕਰ ਦਿਆਂਗੇ ਉਹਦੇ ਹਾਂ ਹੁਣ ਗੱਲ ਹੈ ਵੀ ਚਲੋ ਉਹ ਦੋ ਦੋ ਘੰਟੇ ਹੁ ਉਹ ਉੱਥੇ ਗਏ ਉਹਨਾਂ ਦਾ 나ੜੂਆ ਜੁੜੇ ਹੋਏ ਜੀ ਬਿਲਕੁਲ ਉਹਨਾਂ ਦੇ ਜਿਹੜੇ ਮਾਪਿਓ ਉੱਥੇ ਹੀ ਜਿਹੜੇ ਹੈਗੇ ਆ ਭੁੱਖਣ ਪਾਣੀ ਬੈਠੇ ਐ ਚਲੋ ਭੁੱਖਣ ਪਾਣੀ ਨਹੀਂ ਲੰਗਰ ਪਾਣੀ ਉਹਨਾਂ ਅਸਤੇ ਪਹੁੰਚ ਜਾਂਦਾ ਤੇ ਇਹ ਤਾਂ ਭੁੱਖਣ ਪਾਣੀ ਬੈਠੇ ਤਾਂ ਕਿਹਦੇ ਦੀਦਾ ਠੰਡੇ ਮੈਦਾਨ ਦੇ ਵਿੱਚ ਬੈਠੇ ਐ ਉੱਤੇ ਉਹਦੇ ਕੁਛ ਹੈ ਨਹੀਂ ਜੀ ਉਹਨਾਂ ਨੇ ਚਾਰ ਪੈਸੇ ਪੈਸੇ ਭੇਜਤੇ ਉਹਦੀ ਅਗਲੀ ਗੱਲ ਐ ਨੂੰ ਤੁਸੀਂ ਜੀ ਆਰਤੀ ਕਾਂ ਦੇ ਛਾਪੇ ਵਾਰਨੇ ਸ਼ੁਰੂ ਕਰਤੇ ਆਰਤੀ ਐ ਐਸੋਸੀਏਸ਼ਨ ਦੇ ਜਿਹੜੇ ਉਹਦੇ ਧਾਰ ਹੈ ਹਾਂਜੀ ਪੰਜਾਬ ਦੇ ਵਿੱਚ ਮੇਰੇ ਖਿਆਲ ਦੋ ਐਸੋਸੀਏਸ਼ਨਾਂ ਆਰਤੀਆਂ ਦੀਆਂ ਅੱਛਾ ਜੀ ਤੇ ਦੋਨਾਂ ਦੇ ਇੱਕ ਕਾਂਗਰਸ ਦੇ ਨੇੜੇ ਹੁੰਦੇ ਸੀ ਅਕਾਲੀ ਦਲ ਦੇ ਹੁੰਦੇ ਸੀ ਦੋਨਾਂ ਦੀ ਟਿਮ ਰਿਟ੍ਰੇਟ ਕਰਦੀ ਅੱਛਾ ਉਹ ਰਵਿੰਦਰ ਸਿੰਘ ਚੀਮਾ ਜਿਹੜਾ ਮੰਡੀ ਬੋਰਡ ਦਾ ਉਪ ਚੇਅਰਮੈਨ ਲਾ ਹੁੰਦਾ ਸੀ ਲਾ ਜਮੀਰ ਸਿੰਘ ਲਖੋਵਾਲ ਦੇ ਉਹ ਵੀ ਮੁਜਾਰੇ ਕਰੀ ਜਾਂਦੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਰੇਡਾਂ ਕਰਤੀਆਂ ਚਾਰ ਦਿਨਾਂ ਦੇ ਲਈ ਉਹਨਾਂ ਨੇ ਮੰਡੀਆਂ ਦਾ ਬਾਈਕਾਟ ਕਰਤਾ ਅੱਛਾ ਜੀ ਔਰ ਫੈਸਲਾ ਉਹਨੇ ਨਹੀਂ ਕਰ ਲਿਆ ਕਿ ਜੇ ਹੁਣ ਕਿਸੇ ਦੇ ਘਰੇ ਰੇਡ ਵੱਜੂਗੀ ਇਸੇ ਦੇ ਕਾਰੋਬਾਰ ਤੇ ਰੇਡ ਬਜੂਗੀ ਉਹਨਾਂ ਨੇ ਕਿਹਾ ਵੀ ਪਹਿਲਾਂ ਜੱਥੇਬੰਦੀ ਵਾਲਿਆਂ ਨੂੰ ਇਨਫੋਰਮ ਕਰ ਦਿਓ ਟੈਲੀਫੋਨ ਕਰ ਦਿਓ ਤੇ ਬਾਅਦ ਮਗਰੋਂ ਖੋਲਣਾ ਹੋਊ ਸਾਡੇ ਐਂਟੂ ਜੀ ਫਿਰ ਜਿਹੜੀ ਟੀਮ ਆਊਗੀ ਅਸੀਂ ਉਹ ਲਖਰੋ ਕਰਾਂਗੇ ਮਤਲਬ ਇੱਕ ਕਿਸਮ ਦੀ ਲਾ ਕਾਨੂੰਨੀ ਇੱਕ ਕਿਸਮ ਦੀ ਹਫੜਾ ਥਮੜੀ ਪੈਦਾ ਕੀਤੀ ਜਾ ਰਹੀ ਹੈ ਹੂੰ ਹੂੰ ਕਾਦੇ ਵਾਸਤੇ ਕੀਤੀ ਜਾ ਰਹੀ ਹੈ ਕਿ ਇੱਥੇ ਕਹਿ ਦਿਓ ਜੀ ਤਾਂ ਲਾਡ ਆਰਡਰ ਦੀ ਪ੍ਰੋਬਲਮ ਹੋ ਗਈ ਜੀ ਜੀ ਕੱਲ ਨੂੰ ਜਿਹੜੀ ਹੈਗੀ ਸਟੇਟ ਗਵਰਨਮੈਂਟ ਨੂੰ ਡਿਸਮਿਸ ਕਰ ਦਿਓ ਹੂੰ ਹੂੰ ਇਹੋ ਜਿਹੇ ਜਿਹੜਾ ਜਿਹੜਾ ਹੈ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਔਰ ਇਹ ਪ੍ਰਚਾਰ ਪ੍ਰਸਾਰ ਤੇ ਜਿਹਨੀਆਂ ਸਾਜਸ਼ਾਂ ਰਚੀਆਂ ਗੁਰਦੁਆਰਾ ਕਾਬਗੰਝ ਸਭ ਜਾ ਕੇ ਹੂੰ ਹੂੰ ਗੁਰੂ ਤੇਗ ਬਹਾਦਰ ਦੇ ਸਖਿਆਵਾਂ ਨੂੰ ਯਾਦ ਕਰਨਾ ਇਹਨੂੰ ਫਿਰ ਅਸੀਂ ਕੀ ਕਮਾਂਗੇ ਜੀ ਇਹ ਬੰਦਗੀ ਆ ਜਾਂ ਨਟੰਕੀ ਐ ਇਹ ਆਪਣੇ ਵੀ ਆਪਣੇ ਵਿੱਚ ਵੱਡੀ ਗੱਲ ਆ ਬੰਦਗੀ ਤਾਂ ਹੈ ਨਹੀਂ ਜੇ 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 ਆ ਕੁਛ ਕਰਨਾ ਤੇ ਬੰਦਗੀ ਤਾਂ ਹੈ ਨਹੀਂ ਹੂੰ ਹੂੰ ਗੁਰੂ ਸਾਹਿਬ ਨੇ ਕੀ ਗੱਲ ਕਹੀ ਸੀ ਗੁਰੂ ਸਾਹਿਬ ਨੇ ਕਹੇ ਸੀ ਨਾ ਤਾਂ ਅਸੀਂ ਕਿਸੇ ਨੂੰ ਨਾ ਕਿਸੇ ਨੂੰ ਭੈ ਦਿੰਨੇ ਆ ਤੇ ਨਾ ਕਿਸੇ ਦਾ ਭੈ ਮੰਦੇ ਤੁਸੀਂ ਗੁਰੂ ਸਾਹਿਬ ਦੇ ਜਦੋਂ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਐ ਉਹ ਸ਼ਹਾਦਤ ਨੂੰ ਤੁਸੀਂ ਨਮਨ ਨਤਮਸਤ ਖਉਣ ਜਾ ਰਹੀ ਹੂੰ ਜੀ ਘੱਟੋ ਘੱਟ ਉਸ ਵੇਲੇ ਤਾ ਤੁਹਾਨੂੰ ਇਹ ਲਿਖਣਾ ਚਾਹੀਦਾ ਸੀ ਕਿ ਟਿਕਰੀ ਬਾਰਡਰ ਤੇ ਕੀ ਹੋਈ ਹੈ ਕੀ ਹੋਈ ਜਾਂਦਾ ਸਿੰਗੂ ਤੇ ਬਾਰਡਰ ਤੇ ਕੀ ਹੋਈ ਜਾਂਦਾ ਇੱਕ ਕਿਸਾਨ ਜਿਹੜਾ ਅਨਦਾਤਾ ਅਨਦਾਤਾ ਜਿਹੜਾ ਹੈਗਾ ਹੈ ਤੁਸੀਂ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ ਤੇ ਉਹਦੇ ਤੇ ਇੱਕ ਜਿਹੜਾ ਨੌਕਰ ਛਾ ਹੈ ਹੂੰ ਹੂੰ ਉਹਨਾਂ ਨੂੰ ਉਹਨਾਂ ਦੀ ਜਵਾਬ ਤਲਬ ਵੀ ਕਰਦਾ ਵੀ ਤੁਸੀਂ ਆਹ ਦੱਸੋ ਜੀ ਤੁਸੀਂ ਆਹ ਦੱਸੋ ਇਹਦਾ ਮਤਲਬ ਹੈ ਕਿ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ ਬਿਲਕੁਲ ਠੀਕ ਹੈ ਸਾਬ ਹੁਣ ਮੁੰਡੇ ਵੀ ਉੱਥੇ ਦੇਖੋ ਅੱਜ ਵੀਡੀਓਜ਼ ਆ ਰਹੀਆਂ ਉਹਦਾ ਪਤਾ ਨਹੀਂ ਕੀ ਹਸ਼ਰ ਨਿਕਲਣਾ ਉੱਥੇ ਵੀ ਕਾਫੀ ਹੂ ਹੱਲਾ ਜਾ ਹੋ ਗਿਆ ਸਿੰਘੂ ਆਰਡਰ ਦੇ ਉੱਤੇ ਕਹਿੰਦੇ ਰਾਹ ਬੰਦ ਕਰ ਦਿਓ ਸਾਡੇ ਕਹਿੰਦੇ ਚੋਰਾ ਤਾਂ ਟਿੱਲੋ ਸਭ ਚੋਰ ਤਾਂ ਜਿੱਥੇ ਮਰਜੀ ਆ ਜਾਣ ਮੁੰਡਾ ਆਪਣਾ ਹਰਜਿੰਦਰ ਹੈ ਉਹ ਕਹਿੰਦਾ ਜੀ ਟਰਾਲੀ 'ਚ ਮੈਂ ਬੈਠਾ ਸੀ ਤੇ ਕਹਿੰਦਾ ਵੀ ਇੱਕ ਪਿੱਛੋਂ ਹੱਥ ਆਇਆ ਤੇ ਸ਼ੁਕਰ ਕਰੋ ਮੈਂ ਕਹਿੰਦਾ ਹਜੇ ਮੋਬਾਈਲ ਆਇਆ ਸੀਗਾ ਚਾਰਜਰ ਤੋਂ ਤੇ ਕਹਿੰਦਾ ਇਹ ਹੱਥ ਝੱਪਟ ਮਾਰ ਕੇ ਲੈ ਗਿਆ ਜਦੋਂ ਉਹ ਕਹਿੰਦਾ ਸਾਨੂੰ ਟਰਾਲੀ ਦੇ ਦੂਜੇ ਪਾਸੇ ਨਿਕਲਣ ਦਾ ਟਾਈਮ ਹੀ ਨਹੀਂ ਮਿਲਿਆ ਜਦੋਂ ਉਹ ਭੱਜ ਗਿਆ ਟਰਾਲੀਆਂ ਦੇ ਉੱਲੇ ਹੋ ਗਿਆ ਦੇਖੋ ਇਹੋ ਜਿਹਾ ਅਨਸਰ ਤਾਂ ਹੁੰਦੇ ਨੇ ਕਹਿੰਦਾ ਜੀ ਸਾਡੇ ਟਾਇਰ ਪਾੜੀ ਜਾਂਦੇ ਆ ਹੋਰ ਪਾੜੀ ਜਾਂਦੇ ਲਾ 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 ਹੋਈ ਜਾਂਦੀ ਅੱਜ ਦੇਖੋ ਉਹਦਾ ਕੀ ਰਿਜ਼ਲਟ ਨਿਕਲਦਾ ਪਰ ਜਿਵੇਂ ਹੁਣ ਤੁਸੀਂ ਇੰਨੀ ਗੱਲ ਕੀਤੀ ਹੈ ਕਿਸਾਨ ਆਪਦੀ ਮੀਟਿੰਗ ਕਰ ਰਿਹਾ ਜਵਾਬ ਦੇ ਰਿਹਾ ਹੁਣ ਟੈਲੇ ਸਭ ਪੰਜਾਬ ਦੇ ਸਾਬਕਾ ਹੀ ਐ ਸਬਸਰਾ ਨੇ ਕਿਸਾਨਾਂ ਦੀ ਹਮਾਇਤ ਚਾਗੇ ਇਹਦਾ ਕੀ ਅਸਰ ਹੋ ਸਕਦਾ ਕੌਣ ਕੌਣ ਆਏ ਨੇ ਕੀ ਲੱਗਦਾ ਦੇਖੋ ਜਿਹੜੇ ਆਈਐਸ ਆਏ ਆ ਇਹ ਕੋਈ ਆਈਐਸ ਉਹ ਆਈਐਸ ਨਹੀਂ ਜਿਨ੍ਹਾਂ ਨੂੰ ਅਸੀਂ ਇਹ ਕਹਿ ਦਿੱਤੀ ਕਿ ਇਹ ਪਟਵਾਰੀ ਭਰਤੀ ਹੋ ਕੇ ਆਈਐਸ ਬਣੇ ਨੇ ਤੇ ਪੀਸੀਐਸ ਬਣ ਗਏ ਸੀ ਜਿੱਤੇ ਉਹਦੇ ਵਿੱਚ ਦੀਆਂ ਕਲਰ ਕੰਮ ਵਿੱਚ ਦੀ ਆ ਗਈ ਸੀ ਇਹ ਆਈਐਸ ਉਹ ਆ ਜਿਹੜੇ ਬੜੇ ਵੱਡੇ ਉਹਦਾਂ ਦੇ ਉੱਤੇ ਰਹੇ ਹੂੰ ਹੂੰ ਜੇ ਅਸੀਂ ਦੇਖੀਏ ਤੇ ਇਹਨਾਂ ਦੇ ਵਿੱਚ ਇੱਕ ਰਮੇਸ਼ ਸਿੰਦਰ ਸਿੰਘ ਹੈ ਹਾਂ ਜਿਹੜੇ ਚੀਫ ਸੈਕਟਰੀ ਰਹੇ ਆਪਣੇ ਉਹ ਪੰਜਾਬ ਦਾ ਚੀਫ ਸੈਕਟਰੀ ਹੈ ਚੀਫ ਇਨਫੋਰਮੇਸ਼ਨ ਕਮਿਸ਼ਨਰ ਰਹੇ ਪੰਜਾਬ ਦਾ ਹੂੰ ਹੂੰ ਇੱਕ ਹੋਰ ਆਈਐਸ ਦੇਖੀਏ ਤਾਂ ਉਹ ਮਿਸਟਰ ਬੋਪਰਾਏ ਜੀ ਐਸਐਸ ਬੋਪਰਾਏ ਹਮਮ ਐਸਐਸ ਬੋਪਰਾਏ ਦੀ ਜੇਸੀ ਹਿਸਟਰੀ ਦੇਖੀਏ ਐਸਐਸ ਬੋਪਰਾਏ ਇੱਕ ਨਾਮ ਬਰਾਈਐਸ ਰਹੇ ਜੀ ਪੰਜਾਬ ਦਾ ਹੋਮ ਸੈਕਟਰੀ ਹੈ ਹਮਮ ਔਰ ਐਸਐਸ ਬੋਪਰਾਏ ਦਾ ਇਹ ਪਰਿਵਾਰਕ ਪਿਛੋਕੜ ਹੈ ਜੀ ਉਹ ਵੀ ਕੁਝ ਛੋਟਾ ਨਹੀਂ ਹਮਮ ਐਸਐਸ ਬੋਪਰਾਏ ਡਾਕਟਰ ਸੋਨ ਸਿੰਘ ਦਾ ਬੇਟਾ ਹੈ ਅੱਛਾ ਜੀ ਡਾਕਟਰ ਸੋਨ ਸਿੰਘ ਜਿਹੜਾ ਪੰਜਾਬ ਦਾ ਜਦੋਂ ਮਾੜਾ ਦੌਰ ਸੀ ਜਿਹੜੇ ਪੰਥਕ ਕਮੇਟੀ ਦੇ ਮੁਖੀ ਹੁੰਦੇ ਸੀ ਉਹਨਾਂ ਦਾ ਬੇਟਾ ਹੈ ਹਮਮ ਔਰ ਸਰਦਾਰ ਸਵਰਨ ਸਿੰਘ ਭਾਰਤ ਦੇ ਵਿਦੇਸ਼ ਮੰਤਰੀ ਹੈ ਉਹਨਾਂ ਦਾ ਸਨਨ ਲਾਏ ਹਮਮ ਔਰ ਤੁਸੀਂ ਹੋਰ ਦੇਖੋ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲ ਰਿਹਾ ਬੰਦਾ ਜੀ ਆ ਜਿਹੜਾ ਸਾਡੇ ਇੱਥੇ ਕੀ ਨੋ ਹੈ ਤੁਹਾਡਾ ਤਲਵੰਡੀ ਸਾਬੋ ਹਮਮ ਯਾਦ ਵਿੰਨਿੰਦਰਾ ਇੰਜੀਨੀਅਰਿੰਗ ਕਾਲਜ ਹੈ ਜੀ ਇਹ ਇਹਨਾਂ ਦੇ ਦਿਮਾਗ ਦੀ ਕਾਰ ਹੈ ਹਮਮ ਅਰੇ ਦਿਮਾਗ ਦੀ ਕਾਰ ਕਿਹੋ ਜੀ ਹੈ ਹੂੰ ਹੂੰ ਇਹਨੂੰ ਤੁਸੀਂ ਦੇਖੋ ਕਿ ਜਿਹਨਾਂ ਬੰਦਿਆਂ ਨੂੰ ਦਿਹਾਤਾ ਨਾਲ ਜਾਂ ਪਿੰਡਾਂ ਨਾਲ ਜੀ ਪਿੰਡੂ ਪੰਜਾਬ ਨਾਲ ਦਰਦ ਹੁੰਦਾ ਉਹ ਕੀ ਕਰਦੇ ਇਹਨਾਂ ਨੇ ਜਿਹੜਾ ਇਹ ਇੰਜੀਨੀਅਰਿੰਗ ਕਾਲਜ ਬਣਾਇਆ ਤੇ ਇਸ ਇੰਜੀਨੀਅਰ ਕਾਲਜ ਦੇ ਵਿੱਚ ਬੱਚੇ ਕਿਹੜਾ ਨੂੰ ਮਿਲ ਰਿਹਾ ਦਾਖਲਾ ਜੀ ਇਹਦਾ ਪ੍ਰਬੰਧ ਇਹ ਕੀਤਾ ਦਾਨ ਵਾਲਿਆਂ ਸਭ ਕ ਜਦੋਂ ਬੱਚਾ ਕੋਈ ਮੈਟ੍ਰਿਕ ਕਰਦਾ ਨਾ ਹੂੰ ਹੂੰ ਜਿਹੜੇ ਬੱਚੇ ਛੋਟੇ ਕਰਾਂਦੇ ਆ ਗਰੀਬ ਕਰਾਂਦੇ ਆ ਜੀ ਲੇਕਿਨ ਉਹਨਾਂ ਦੇ ਨੰਬਰ ਚੰਗੇ ਆ ਗਏ ਹੂੰ ਹੂੰ ਉਹਨਾਂ ਬੱਚਿਆਂ ਨੂੰ ਪਿਕ ਕੀਤਾ ਜਾਂਦਾ ਅੱਛਾ ਜੀ ਉਹਨਾਂ ਨੂੰ ਪਲੱਸ 2 ਕਰਾਈ ਜਾਂਦੀ ਹੂੰ ਹੂੰ ਅੰਗਰੇਜ਼ੀ ਮੀਡੀਅਮ ਸਿਖਾਇਆ ਜਾਂਦਾ ਹੈ। ਅੱਛਾ ਜੀ। ਅੰਗਰੇਜ਼ੀ ਮੀਡੀਅਮਸ ਖਾ ਕੇ ਤੇ ਫਿਰ ਉਹਨਾਂ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਇਆ ਜਾਂਦਾ ਹੈ। ਕੰਪਿਊਟਰਿੰਗ ਦਾ ਮਤਲਬ ਕੀ ਉਹਨਾਂ ਦੇ ਹਾਂ ਹਾਂਜੀ। ਔਰ ਉਹਨਾਂ ਤੋਂ ਕੋਈ ਫੀਸ ਨਹੀਂ ਲੈਣੀ। ਹੂੰ ਹੂੰ ਅੱਛਾ ਜੀ। ਹੋਸਟਲ ਦਾ ਨਾ ਤਾਂ ਖਰਚਾ ਨਹੀਂ ਲੈਣਾ। ਹੂੰ ਹੂੰ ਉਹਦੇ ਵਾਸਤੇ ਕੀ ਕੀਤਾ ਸੀ ਐਸਐਸ ਬੋਪਾਰਾਏ ਨੇ ਝੋਲੀ ਪਾਈ ਸੀ। ਅਵੇ ਗੱਲ 'ਚ। ਹੂੰ ਹੂੰ ਔਰ ਉਹ ਵਿਦੇਸ਼ਾਂ ਨੂੰ ਨਿਕਲ ਗਈ ਸੀ। ਹੂੰ ਹੂੰ ਐਨਆਰਆਈ ਭਰਾਵਾਂ ਨੂੰ ਜਾ ਕੇ ਬੇਨਤੀ ਕੀਤੀ ਜੀ ਤੁਸੀਂ ਵਿਦਿਆ ਵਾਸਤੇ ਦਾਨ ਕਰੋ। ਅੱਛਾ ਜੀ। ਤੁਸੀਂ ਪੈਸੇ ਵਿਦਿਆ ਵਾਸਤੇ ਦੇਦੇ ਉਹਨਾਂ ਨੇ ਇਹਨ ਅੱਛਾ ਇਹ ਕਿ ਜੀ ਤੁਸੀਂ ਬਗਲੀਆਂ ਚੱਕ ਕੇ ਪਿੰਡਾਂ ਚ ਤੁਰ ਪੈਨੇ ਹੋ ਜਦੋਂ ਫਸਲਾਂ ਆਉਂਦੀਆਂ ਘਟੂ ਘਟ ਇੱਕ ਇੱਕ ਦੋ ਦੋ ਬੱਚੇ ਤੁਸੀਂ ਜਿਹੜੇ ਹੈਗੇ ਅਡਾਪਟ ਕਰੋ ਜੀ ਬਹੁਤ ਸਾਰੇ ਮਤਲ ਜਿਹੜੇ ਹੈਗੇ ਬੰਦੇ ਮੈਂ ਇੱਕ ਦੋਆ ਨੂੰ ਤਾਂ ਮੈਂ ਵੀ ਜਾਣਦਾ ਜਿਹੜੇ ਹੈ ਜਿਵੇਂ ਰੂਪ ਸਿੰਘ ਰੂਪਾ ਹੁੰਦੇ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ EMPLOYEES ASSOCIATION ਦੇ ਪ੍ਰਧਾਨ ਹੁੰਦੇ ਸੀ ਪਿੰਡ ਉਹਨਾਂ ਦਾ ਹਸੇਲ ਪਰ ਆਪਣੇ ਜ਼ਿਲ੍ਹੇ ਚ ਪੈਂਦਾ ਇਸ ਕਰਕੇ ਮੇਰੀ ਥੋੜੀ ਜਿਹੀ ਉਹਨਾਂ ਨਾਲ ਵਕਫਤ ਸੀਗੀ ਉਹਨਾਂ ਨੇ ਵੀ ਇੱਕ ਦੋ ਬੱਚੇ ਇੱਥੇ ਅਡਾਪਟ ਕੀਤੇ ਸੀ ਹੋਰ ਬਹੁਤ ਸਾਰੇ ਐਨਆਰਆਈ ਭਰਾ ਹੋਣਗੇ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ ਨਹੀਂ ਜਾਣਦੇ ਬਿਲਕੁਲ ਠੀਕ ਹੈ ਨਾ ਜਿਨ੍ਹਾਂ ਨੇ ਉਹ ਕੀਤੀ ਤੇ ਇਹਨਾਂ ਨੇ ਇੱਥੇ ਜਿਹੜਾ ਸੈਸ਼ਨ ਚਾਲੂ ਕੀਤਾ ਹੂੰ ਹੂੰ ਉਹਨਾਂ ਬੱਚਿਆਂ ਨੂੰ ਕੀਤਾ ਤੇ ਉਹਨਾਂ ਬੱਚਿਆਂ ਨਾਲ ਇੱਕ ਐਗਰੀਮੈਂਟ ਹੁੰਦਾ ਹੈ ਅੱਛਾ ਜੀ ਕਿ ਜਿੱਦ ਦਿਨ ਤੁਸੀਂ ਨੌਕਰੀ ਤੇ ਲੱਗ ਗਏ ਹੂੰ ਹੂੰ ਉਹ ਦਿਨ ਤੁਸੀਂ ਜਿਹੜਾ ਤੁਹਾਡੇ ਤੇ ਖਰਚ ਆਇਆ ਤੇ ਕਿਸ਼ਤਾਂ ਨਾਲ ਵਾਪਸ ਕਰੀ ਵਾਪਸ ਕਰੋ ਇਹ ਵੀ ਬਹੁਤ ਸੋਹਣੀ ਗੱਲ ਹੈ ਇਹਦੇ ਨਾਲ ਤਾਂ ਕਿ ਜਿਹੜੀ ਅਗਲੀ ਪੀੜ੍ਹੀ ਆਉਂਦੀ ਹੈ ਉਹਨਾਂ ਉਹਨਾਂ ਹਾਸਤੇ ਫੰਡ ਬਣਿਆ ਰਵੇ ਹੂੰ ਹੂੰ ਜਿਹੜੀ ਇਹ ਸੋਚ ਸੀ ਜਿਹੜੀ ਆਪਾਂ ਕਹਿੰਦੇ ਉਹ ਗੁਰੂ ਕੀ ਕਾਸ਼ੀ ਜਿਹੜੀ ਹੈਗੀ ਅਸਲ ਦੇ ਵਿੱਚ ਜਿਹੜੀ ਹੈ ਗੁਰੂ ਕੀ ਕਾਸ਼ੀ ਬਣਾਉਣ ਦਾ ਕੰਮ ਦਮਦਮਾ ਸਾਹਿਬ ਤੋਂ ਇਹਨਾਂ ਨੇ ਕੀਤਾ ਸੀ ਯਾਦਵਿੰਦਰਾ ਇਹ ਵੀ ਇਹਨਾਂ ਨੇ ਬਣਾ ਕੇ ਬੋਪਾ ਰਾਏ ਦੇ ਦੂਜੇ ਹੈਗੇ ਜੀ ਐਸਐਸ ਲੱਧੜ ਹੂੰ ਹੂੰ ਐਸਐਸ ਲੱਧੜ ਜਿਹੜਾ ਹੈਗਾ ਉਹ ਜੇ ਆਪ ਦੇਖੀਏ ਬੜੇ ਗਰੀਬ ਘਰਾਂ ਚੋਂ ਆਏ ਹੋਏ ਬਿਲਕੁਲ ਬਿਲਕੁਲ ਹੂੰ ਪਹਿਲਾਂ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਮਹਿਕਮਾ ਨਹਿਰ ਦੇ ਵਿੱਚ ਕੇ ਕਿਸੇ ਹੋਰ ਇਰੀਗੇਸ਼ਨ ਡਿਪਾਰਟਮੈਂਟ ਦੇ ਮਿੰਟ ਦੇ ਵਿੱਚ ਮਤਲਬ ਉਹ ਸੀਗੇ ਐਸਡੀਓ ਸੀ ਹੂੰ ਹੂੰ ਉੱਥੋਂ ਆਈਐਸ ਚਾਹੀ ਔਰ ਆਈਐਸ ਦੇ ਵਿਚ ਆ ਕੇ ਮੈਂ ਇੱਕ ਆਪਣੇ ਡਿਪਟੀ ਕਮਿਸ਼ਨਰ ਰਹਿ ਕੇ ਗਿਆ ਬੜੀ ਇੱਕ ਗੱਲ ਦੀ ਮੈਂ ਦਾਤ ਦੇऊंगा ਕਿ ਉਸ ਬੰਦੇ ਨੇ ਆਈਐਸ ਬਣ ਕੇ ਵੀ ਡਿਪਟੀ ਕਮਿਸ਼ਨਰ ਬਣ ਕੇ ਪ੍ਰਿੰਸੀਪਲ ਸੈਕਟਰੀ ਤੱਕ ਪਹੁੰਚਿਆ ਜੀ ਲੇਕਿਨ ਉਹ ਕਦੇ ਆਪਦੀ ਗਰੀਬੀ ਨਹੀਂ ਭੁਲਿਆ ਸੀ ਹਮ ਅੱਛਾ ਜੀ ਆਪਨੇ ਵੀ ਠੰਡੇ ਵੀ ਰਹਿ ਆਪਣੀ ਗਰੀਬੀ ਨਹੀਂ ਭੁਲਿਆ ਸੀ ਗਰੀਬਾਂ ਦੀ ਹਮੇਸ਼ਾ ਮਦਦ ਕਰਦਾ ਸੀ ਜੀ ਇਹ ਉਹ ਟਾਈਮ ਹੁੰਦਾ ਸੀ ਜਦੋਂ ਸਾਡੇ ਡਿਪਟੀ ਕਮਿਸ਼ਨਰ ਹੁੰਦੇ ਸੀਗੇ ਵੀ ਉਦੋਂ ਡਿਪਟੀ ਕਮਿਸ਼ਨਰ ਕੋਲੇ ਕਾਫੀ ਪਾਵਰ ਹੁੰਦੀ ਸੀ ਬਹੁਤ ਪਾਵਰ ਹੁੰਦੀ ਸੀ ਸਿਆਸੀ ਦਖਲਅੰਦਾਜ਼ੀ ਨਹੀਂ ਹੁੰਦੀ ਸੀ ਹਾਂਜੀ ਤੇ ਆਮ ਤੌਰ ਦੇ ਉੱਤੇ ਜਦੋਂ ਲੋਕ ਆਉਂਦੇ ਨਾ ਮਿਲਣ ਵਾਸਤੇ ਹੂੰ ਹੂੰ ਵੀ ਟਾਈਮ ਲੱਗੂਗਾ ਲੋਕਾਂ ਨੂੰ ਤੇ ਉਹ ਬਾਹਰ ਆ ਜਾਂਦਾ ਸੀ ਅੱਛਾ ਜੀ ਐਸਐਸ ਲਦਰ ਬਾਹਰ ਬਾਹਰ ਆ ਕੇ ਐਸਰ ਲਦਰ ਬਾਹਰ ਆ ਕੇ ਤੇ ਲੋਕਾਂ ਦੀ ਲਾਈਨ ਲੱਗੀ ਹੁੰਦੀ ਸੀ ਇੱਕ ਇੱਕ ਬੰਦੇ ਤੇ 5 5 7 7 ਮਿੰਟ ਲਾਉਂਦਾ ਸੀ denn ਤੁਖਲੀਬ ਕੀ ਹੈ ਜੀ ਹੂੰ ਹੂੰ ਨਾਲ ਉਹਦਾ ਸਟੈਨੂ ਨਾਲ ਉਹਦਾ ਪੀਏ ਰੀਡਰ ਸਾਰਾ ਕੁਝ ਇਹਦਾ ਆ ਕਰ ਦੋਤੇ ਇਹਦਾ ਇਹ ਕਰ ਦੋ ਐਸਟੰਗ ਦਾ ਸੀ ਜਦੋਂ ਹੁਣ ਉਹ ਰਿਟਾਇਰਮੈਂਟ ਦੇ ਨੇੜੇ ਸੀ ਉਸ ਵੇਲੇ ਆਪਣੀ ਜ਼ਿੰਦਗੀ ਦੇ ਤਜਰਬੇ ਖਬਰਾਂ ਦੇ ਵਿੱਚ ਉਹਨਾਂ ਨੇ ਸਾਂਝੇ ਕੀਤੇ ਜੀ ਤਿੰਨ ਬੰਦੇ ਇਹ ਅਤੇ 15 18 ਬੰਦੇ ਟੋਟਲ ਜਿਹੜੇ ਹੈਗੇ ਆਈਐਸ ਸਾਬਕਾ ਜੀ ਜਿਨ੍ਹਾਂ ਨੇ ਬਹੁਤ ਵਧੀਆ ਵਧੀਆ ਮਤਲਬ ਜਿਹੜੀਆਂ ਹੈਗੀਆਂ ਆਪਣੀ ਜਿਹੜੀ ਸ਼ਾਨਦਾਰ ਸਰਵਿਸ ਕੀਤੀ ਹੈ ਜਿਨ੍ਹਾਂ ਨੇ ਨਾਕਮਾਇਆ ਨਾਕਮਾਇਆ ਯੋਗਦਾਨ ਪਾਇਆ ਜੋਗਦਾਨ ਪਾਇਆ ਉਹ ਲੋਕ ਇਕੱਠੇ ਹੋਏ ਚੰਡੀਗੜ੍ਹ ਉਹਨਾਂ ਨੇ ਇੱਕ ਮੀਟਿੰਗ ਕੀਤੀ ਜੀ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਜੀ ਆ ਜਿਹੜੀ ਹੈਗੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਇਹ ਕਾਨੂੰਨ ਕਿਸਾਨਾਂ ਦੇ ਮੁਤਾਬਕ ਨਹੀਂ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਜੀ ਵੱਡੀ ਗੱਲ ਇਹ ਕਿ ਉਹਨਾਂ ਨੇ ਹੋਰ ਕਹੀ ਅੱਛਾ ਜੀ ਕਿ ਜਿਹੜੇ ਕਿਸਾਨ ਇਸ ਐਜੀਟੇਸ਼ਨ ਦੇ ਦੌਰਾਨ ਆਪਣੀ ਜਾਨ ਗਵਾ ਬੰਦੇ ਹੂੰ ਹੂੰ ਜਾਂ ਪਾਕਿਸਤਾਨਾ ਦੇ ਲਫਜ਼ਾਂ ਦੇਖੀ ਜਿਹੜੇ ਕਿਸਾਨ ਅੰਦੋਲਨ ਦੇ ਸ਼ਹੀਦ ਹੈ ਜੀ ਉਹਨਾਂ ਨੂੰ ਨਿਜ਼ਮਾ ਮੁਤਾਬਕ ਜਿੰਨੀ ਛੇਤੀ ਹੋ ਸਕੇ ਸੂਬਾ ਸਰਕਾਰ ਮਦਦ ਦੇਵੇ ਔਰ ਅਗਲੀ ਗੱਲ ਇਹ ਕਹੀਏ ਕਿ ਇੱਕ ਮੁਤਸਤਾ ਜ਼ਹਰ ਕਰਨ ਵਾਸਤੇ ਹੂੰ ਹੂੰ ਅਸੀਂ ਵੀ ਉੱਥੇ ਜਾਵਾਂਗੇ ਜਾਵਾਂਗੇ ਜੇ ਆਈਐਸ ਅਫਸਰ ਜਾ ਰਹੇ ਹੈ ਇਹ ਤਾਂ ਟੱਲੋ ਸਫੇਰਾ ਇਹ ਇਹ ਨੂੰ ਅਸੀਂ ਕੀ ਕਮ ਕ ਵੀ ਹੋਰ ਲੋਕ ਅੰਦੋਲਨ ਕੀ ਹੁੰਦੀ ਹਮ ਇਹ ਹੀ ਹੁੰਦੇ ਆ ਲੋਕ ਅੰਦੋਲਨ ਇਹ ਹੀ ਹੁੰਦੇ ਫਿਰ ਜਿਹੜੇ ਕਈ ਜਿਹੜੇ ਉੱਥੇ ਉਗੜ ਦੁਗੜ ਕਰਦੇ ਨਾ ਆਪਣੀ ਕੁੰਜੀ ਮਖਤਿਆਰੀ ਦੇ ਲਈ ਵੀ ਮੈਨੂੰ ਕਮਾਂਡ ਫੜਾਓ ਲਗਾਮ ਫੜਾਓ ਉਹ ਸੰਭਲ ਜਾਣਾ ਚਲੋ ਇਹ ਤਾਂ ਬੈਗਰੂਸ ਸਮਤ ਬਖਸ਼ ਜੀ ਆਪਾਂ ਨਹੀਂ ਕਹਿ ਸਕਦੇ ਵੀ ਉਹ ਸੰਭਲਦੀ ਨਹੀਂ ਸੰਭਲਦੀ ਹਮ ਹਮ ਕਈ ਵਾਰੀ ਟਾਰਗੇਟ ਦਿੱਤੇ ਹੁੰਦੇ ਆ ਏਜੰਸੀਆਂ ਦੇ ਬੜੇ ਕੰਮ ਹੁੰਦੇ ਆ ਬੜੇ ਕੰਮ ਹੁੰਦੇ ਆ ਬਹੁਤ ਕੁਝ ਦਾ ਸਟੇਟ ਐਕਟ ਕਰਦੀ ਹੈ ਨਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਕੀ ਕਰਦੀ ਹੈ ਕੀ ਕੁਝ ਕਰਦੀ ਹੈ ਇੱਕ ਵਾਰੀ ਮੇਰੀ ਕਿਸੇ ਖੁਫੀਆ ਬੈਂਕ ਦੇ ਬੰਦੇ ਨਾਲ ਗੱਲ ਹੋਈ ਹੂੰ ਹੂੰ ਤੇ ਗੱਲ ਹੁਣ ਫੇਰ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਜੀ ਅਸੀਂ ਮਲਕੀਤ ਸਿੰਘ ਗੰਗਾ ਹੂੰ ਹੂੰ ਆਪਣੇ ਮਿੱਤਰ ਐ ਚੰਗੇ ਲੀਡਰ ਐ ਕਿਸੇ ਜ਼ਮਾਨੇ ਦੇ ਚੋਂ ਕਾਂਗਰਸ ਦੇ ਵੱਡੇ ਲੀਡਰਾਂ ਦੇ ਵਿੱਚ ਆਉਂਦੇ ਸੀ ਜੀ ਤੇ ਦਿੱਲੀ ਠਹਿਰੇ ਹੋਏ ਹਰਿਆਣਾ ਪਵੰਦੇ ਵਿੱਚ ਕਿਸੇ ਐਮਐਲਏ ਦੇ ਕਮਰੇ ਦੇ ਵਿੱਚੋਂ ਠਹਿਰੇ ਹੋਏ ਸੀਗੇ ਮੈਂ ਵੀ ਕੁਦਰਤੀ ਚਲਾ ਗਿਆ ਚਲੋ ਮੈਨੂੰ ਵੀ ਉਹਨਾਂ ਦੇ ਨਾਲ ਰੱਖ ਲਿਆ ਜੀ ਤੇ ਜਦੋਂ ਅਸੀਂ ਥੱਲੇ ਆਏ ਤੇ ਇੱਕ ਸਰਦਾਰ ਜੀ ਪਤਲਾ ਜਿਹਾ ਸਰੀਰ ਉਹਨਾਂ ਦਾ ਹੂੰ ਹੂੰ ਟਾਈਟੂ ਹੀ ਉਹਨਾਂ ਦੇ ਲੱਗੀ ਤੇ ਉਹ ਕਮਰਾ ਮੰਗ ਰਿਹਾ ਲੇਕਿਨ ਉੱਥੇ ਉਹਨਾਂ ਨੂੰ ਕਮਰਾ ਨਹੀਂ ਮਿਲ ਰਿਹਾ ਅੱਛਾ ਹੈ ਉਹ ਕਹਿੰਦੇ ਯਾਰ ਪੰਜਾਬੀ ਪੰਜਾਬੀ ਹੈ ਨਹੀਂ ਸੀ ਹਰਿਆਣਾ ਪੰਜਾਬੀ ਹੈ ਨਹੀਂ ਸੀ ਉਹਦਾ ਦੇਖ ਕੇ ਮਲਕੀਤ ਗੰਗਾ ਦੇ ਵਿੱਚ ਕੁਆਲਿਟੀ ਬਹੁਤ ਵਧ ਗਈ ਹੂੰ ਹੂੰ ਉਹ ਬੰਦੇ ਦੀ ਅੱਖ ਫਿਸ਼ਾਨ ਕੇ ਉਹ ਦੇਖ ਕੇ ਕਹਿੰਦਾ ਮੈਨੂੰ ਕਹਿੰਦਾ ਮੈਂ ਇੱਕ ਮਿੰਟ ਉਹ ਕਹਿੰਦਾ ਸਰਦਾਰ ਸਾਹਿਬ ਅਸੀਂ ਦੋ ਜਾਣੇ ਹੂੰ ਜੇ ਤੁਸੀਂ ਰਹਿਣਾ ਤਾਂ ਸਾਡੇ ਨਾਲ ਰਹੋ ਜੀ ਐਡੀ ਗੱਲ ਕਿਹੜੀ ਹੈ ਰਹਿਣ ਵਾਲੀ ਗੱਲ ਹੈ ਤੁਸੀਂ ਰਹ ਪੂ ਜੇ ਰਹਿ ਪੋਗੇ ਤਾਂ ਹੂੰ ਉਹਦਾ ਦੀ ਰਾਤ ਹੀ ਕੱਟਣੀ ਕੋਈ ਗੱਲ ਨਹੀਂ ਚਲੋ ਫਿਰ ਸ਼ਾਮ ਨੂੰ ਜੀ ਮੈਂ ਤੁਹਾਡਾ ਪਤਾ ਹੀ ਤੁਹਾਨੂੰ ਆਪਣਾ ਹੁੰਦਾ ਐਸ ਸਿਲਸਲਾ ਕੌੜੇ ਪਾਣੀ ਦੇ ਕਰਾਰੇਣੀ ਗੱਲ ਸ਼ੁਰੂ ਹੋਗੀ ਮੁਲਕੀਤ ਸਿੰਘ ਅੰਗਾ ਕਹਿੰਦਾ ਜੀ ਤੁਸੀਂ ਉਹ ਕਹਿੰਦਾ ਮੈਂ ਤਾਂ ਇੰਟੈਲੀਜੈਂਸ ਬਿਊਰੋਸ ਆਫ ਸੀਸਰਾ ਹੂੰ ਕਸ਼ਮੀਰ ਦੇ ਵਿੱਚ ਤਾਇਨਾਤ ਆ ਜੀ ਉਹਦੇ ਜੀ ਫਿਰ ਜ਼ਿੰਦਗੀ ਦੀ ਕੋਈ ਗੱਲ ਸੁਣਾ ਦਿਓ ਹੂੰ ਲਓ ਦਾਨੇ ਵਾਲਿਆ ਸਾਹਬ ਉਹ ਜ਼ਿੰਦਗੀ ਦੀ ਉਹਨਾਂ ਨੇ ਗੱਲ ਸਾਨੂੰ ਇੱਕ ਇਹੋ ਜਿਹੀ ਸੁਣਾਈ ਜੀ ਕਿ ਲੋਕ ਲੀਡਰ ਕਿਵੇਂ ਬਣਦੇ ਅੱਛਾ ਜੀ ਸ਼ਿਕਾਰਿਆਂ ਦੇ ਵਿੱਚ ਕੀ ਕੀ ਕਰਸੂਤਾ ਹੁੰਦੀ ਹੈ ਹਾਂ ਕਿਵੇਂ ਲੀਡਰ ਬਣਨ ਵਾਸਤੇ ਕਿਹੜੇ ਕੀ ਕੀ ਸਮਝੌਤੇ ਕਰਨ ਜੋਤੇ ਕਰਨੇ ਪੈਂਦੇ ਕੀ ਕੀ ਸਮਝੌਤੇ ਕਰਨੇ ਪੈਂਦੇ ਹੁਣ ਆਪਾਂ ਉਹਨਾਂ ਯਾਰ ਸਾਰੀਆਂ ਗੱਲਾਂ ਨਹੀਂ ਕਰ ਸਕਦੇ ਹੂੰ ਜਦੋਂ ਉਹਨੇ ਗੱਲ ਦੇਦੇ ਪੈਰਾਹੇਟੋਂ ਪਾਣੀ ਨਿਕਲਦਾ ਜਾਵੇ ਹੂੰ ਮਿੱਟੀ ਨਿਕਲ ਜੇ ਮੈਂ ਵੀ ਆਹ ਤਾਂ ਗੱਲ ਕੀ ਹੋਈ ਜਾਂਦੀ ਐ ਹੂੰ ਹੂੰ ਇਹ ਲੋਕਮਤਲ ਜਿਹਨੇ ਜਿਹੜੇ ਸਾਨੂੰ ਐ ਲੱਗਦੇ ਵੀ ਇਹ ਬਾਹਲੇ ਵੱਡੇ ਵੱਡੇ ਐ ਜੀ ਇਹ ਸਾਰਾ ਕੁਝ ਕਰਦੇ ਸੀ ਅਖਿਆ ਜੀ ਇਹ ਕੁਝ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦਾ ਜਿਹੜੇ ਆ ਤੁਹਾਨੂੰ ਵੱਡੇ ਵੱਡੇ ਵਜ਼ੀਰ ਲੱਗਦੇ ਹੂੰ ਹੂੰ ਜਿਹੜੇ ਤੁਹਾਨੂੰ ਆਪਰੇ ਇਹ ਸਾਡੇ ਜਿਵੇਂ ਤਾਸ਼ ਦੇ ਪੱਤਿਆਂ ਨੂੰ ਇਸਤੇਮਾਲ ਕਰਦੇ ਆ ਨਾ ਜੂਆ ਖੇਡਣ ਵਾਲੇ ਇਹਨਾਂ ਨੂੰ ਤਾਂ ਅਸੀਂ ਐਂ ਇਸਤੇਮਾਲ ਕਰਦੇ ਮੈਂ ਤੁਸੀਂ ਕਿਵੇਂ ਇਸਤੇਮਾਲ ਕਰਦੇ ਥੋੜੇ ਕਿਵੇਂ ਆਦੇ ਕਿ ਮੈਨੂੰ ਨਾ ਦੇਖੋ ਮੈਂ ਕੀ ਆ ਹੂੰ ਮੈਂ ਇੰਡੀਅਨ ਸਟੇਟ ਦਾ ਇੱਕ ਪੁਰਜਾ ਹੂੰ ਇਦਿਨ ਇੰਡੀਅਨ ਸਟੇਟ ਹੈ ਨਾ ਉਹ ਆਪਣੇ ਪੁਰਜਿਆਂ ਦੇ ਰਾਹੀਂ ਕੀ ਕੀ ਕਰਤੂਤਾਂ ਕਰਦੀ ਹੈ ਇਹ ਕਹਿੰਦੇ ਜਿ ਰਾਜ ਭਾਗ ਕਰਨ ਵਾਲੇ ਨੂੰ ਹੀ ਪਤਾ ਹੁੰਦਾ ਬਿਲਕੁਲ ਤੇ ਜਦੋਂ ਰਾਜ ਭਾਗ ਕਰਨ ਵਾਲੇ ਹੁੰਦੇ ਆ ਨਾ ਉਹਨਾਂ ਤੋਂ ਤੁਸੀਂ ਤੋਂ ਉਹਨਾਂ ਨੂੰ ਜੋ ਕੁਝ ਕਰਦੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਸਾਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਹੜਾ ਮੀਟਿੰਗਾਂ ਦੇ ਵਿੱਚ ਭੇਜੇ ਜਾਂਦੇ ਆ ਵੀ ਨਾਲ ਚਲੋ ਠੀਕ ਹੈ ਜੀ ਆ ਫਲਾਨਾ ਸਾਹਿਬ ਚਲੇਗੇ ਨਾਲ ਫਲਾਨੀ ਮੈਡਮ ਚਲੀ ਗਈ ਨਾਲ ਉੱਥੇ ਜਾ ਕੇ ਕੀ ਕੁਝ ਹੁੰਦਾ ਹੈ ਹੂੰ ਹੂੰ ਇਹ ਸਾਰਾ ਇਹਨਾਂ ਦਾ ਇੱਕ ਚੱਕਰ ਵੀਊ ਜਿਹੜਾ ਬਲਿਆ ਜਾਂਦਾ ਚੱਕਰ ਵੀਊ ਦੇ ਵਿੱਚ ਫਸਾ ਕੇ ਸਾਰਾ ਕੁਝ ਕੀਤਾ ਕਰਾਇਆ ਜਾਂਦਾ ਜਿਨ੍ਹਾਂ ਲੋਕਾਂ ਨੂੰ ਏਜੰਸੀਆਂ ਇਸਤੇਮਾਲ ਕਰਦੀਆਂ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸੇ ਏਜੰਸੀਆਂ ਇਸਤੇਮਾਲ ਹੋ ਰਹੀ ਇਸ ਕਰਕੇ ਜਿਹੜੀਆਂ ਇਹ ਗੱਲਾਂ ਚੱਲਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਇਹ ਤਾਂ ਦਰ ਹੁਣ ਇਸ ਕੱਲ ਦਾ ਲੱਗਦਾ ਕਿ ਅੰਦੋਲਨ ਜਿੱਥੇ ਪਹੁੰਚ ਗਿਆ ਜੀ ਇਸ ਅੰਦੋਲਨ ਨੂੰ ਹੋਰ ਕਿਸੇ ਢੰਗ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ ਹੂੰ ਹੂੰ ਇਹ ਇਹ ਇਹਨੂੰ ਮਤਲਬ ਜਿਹੜੀਆਂ ਹੈ ਕਿ ਏਜੰਸੀਆਂ ਅੰਦਰ ਪੜ ਕੇ ਸਾਬੋਤਾਜ ਕਰ ਸਕਦੀਆਂ ਅੰਦਰੋਂ ਹੀ ਢਾਹ ਲੱਗ ਸਕਦੀ ਹੈ ਜਦੋਂ ਇਸ ਕਿਸਮ ਦੇ ਅੰਦੋਲਨ ਹੁੰਦੇ ਨੇ ਉਹਨੂੰ ਅੰਦਰੋਂ ਢਾਹ ਲੱਗਦੀ ਹੁੰਦੀ ਹੈ ਲੀਡਰਸ਼ਿਪ ਜਿਹੜੀ ਹੈਗੀ ਹੈ ਬੜੀ ਸਿਆਣੀ ਹੈ ਉਹ ਸੁਚੇਤ ਨਾਲ ਬਹੁਤ ਜ਼ਿਆਦਾ ਖਤਰਾ ਆ ਹੀ ਹੋ ਗਿਆ ਟੱਲੋ ਸਭਾ ਜਿਹੜੀਆਂ ਜਾਲੀ ਪੇਜ ਤੇ ਜਾਲੀ ਪ੍ਰੋਫਾਈਲਾਂ ਬਣ ਕੇ ਬੱਲੇ ਬੱਲੇ ਤੇ ਕਿਸੇ ਨੂੰ ਗਾਲ੍ਹਾਂ ਕੱਢਦੀਆਂ ਉਹ ਉਹ ਕਰਤਾ ਉਹ ਵੀ ਕੰਮ ਇਹਨਾਂ ਲਈ ਕੋਈ ਬੜਾ ਔਖਾ ਨਹੀਂ ਨਹੀਂ ਉਹ ਤਾਂ ਸੁਚੇਤ ਹੋਣ ਦੀ ਲੋੜ ਹੈ ਨਾ ਸੁਚੇਤ ਹੋਣ ਦੀ ਲੋੜ ਹੈ ਨਾਲ ਇਹ ਕਿ ਲੀਡਰਸ਼ਿਪ ਜਿਹੜੀ ਹੈ ਕਿਉਂਕਿ ਇਹ ਹੁਣ ਹੋ ਗਿਆ ਜਨ ਅੰਦੋ ਇਦੇ ਵਿੱਚ ਜਿਹੜੇ ਲੋਕ ਪਾਰਟਿਸਿਪੇਟ ਕਰਦੇ ਨੇ ਜ਼ਿੰਮੇਵਾਰੀ ਉਹਨਾਂ ਦੀ ਵੀ ਉਹਨਾਂ ਦੀ ਬਣਦੀ ਹੈ ਬਿਲਕੁਲ ਉਹ ਵੀ ਸੁਚੇਤ ਰਹਿਣ ਕਿ ਉਹਨਾਂ ਦੇ ਆਲੇ ਦੋਲੇ ਕੀ ਹੋ ਰਿਹਾ ਹੂੰ ਹੂੰ ਜਿੱਥੇ ਉਹਨਾਂ ਨੂੰ ਲੱਗਦੀ ਹੈ ਕਿ ਗੱਲ ਗਲਤ ਹੁੰਦੀ ਹੈ ਤੋ ਨਾਲ ਦੀ ਨਾਲ ਉਸ ਗੱਲ ਨੂੰ ਗਲਤ ਹੋ ਰਹੀ ਗੱਲ ਨੂੰ ਰੋਕਣ ਦੀ ਕੋਸ਼ਿਸ਼ ਕਰਨ ਗੋਚਨ ਦੀ ਕੋਸ਼ਿਸ਼ ਕਰਨ ਬਿਲਕੁਲ ਜੀ ਬਿਲਕੁਲ ਇਸ ਕਰਕੇ ਮਤਲਬ ਜਿਹੜਾ ਹੈ ਪਰ ਜਿਵੇਂ ਆਪਾਂ ਇਹ ਗੱਲ ਕਰਦੇ ਕਿ ਆਈਐਸ ਜਿਹੜੇ ਹੈਗੇ ਇਹ ਆਏ ਹੈ ਇਹ ਇੱਕ ਬਹੁਤ ਵੱਡਾ ਸੰਕੇਤ ਹੈ ਜੀ ਭਾਰਤ ਸਰਕਾਰਾਸਤੇ ਤੇ ਦੁਨੀਆਾਸਤੇ ਵੀ ਸੰਕੇਤ ਹੈ ਹੂੰ ਹੂੰ ਅਸੀਂ ਇਸ ਗੱਲ ਤੇ ਤਾਂ ਬੜਾ ਆਪਾਂ ਗੱਲ ਕਰ ਰਹੇ ਸੀ ਆਪਾਂ ਪਿਛਲੇ ਦਿਨ ਬਾਬੇ ਹੁਣ ਜਿਹੜੇ ਹੈਗੇ ਮਤਲਬ ਸਾਨੂੰ ਸਾਰਿਆਂ ਸਗਿਆਮਾ ਦਿੰਦੇ ਕਿ ਗੁਰੂ ਆ ਕਹਿੰਦੇ ਗੁਰੂ ਆ ਕਹਿੰਦੇ ਉਹ ਬੋਲਦੇ ਕਿਉਂ ਨਹੀਂ ਉਹ ਉਹ ਬਾਬੇ ਜਿਹੜੇ ਹੈਗੇ ਜਾ ਕੇ ਕੁਛ ਬਾਬੇ ਹੈਗੇ ਜਿਨ੍ਹਾਂ ਨੂੰ ਅਸੀਂ ਕਹਾਂਗੇ ਕਿ ਜਿਹੜੇ ਧਾਰਮਿਕ ਬੰਦੇ ਸੱਚਮੁੱਚ ਤਾਂ ਹੁਣ ਜਿਵੇਂ ਤੁਸੀਂ ਦੇਖੋ ਕਿ ਹਜ਼ੂਰ ਸਾਹਿਬ ਵਾਲੇ ਜਿਹੜੇ ਹਜ਼ੂਰ ਸਾਹਿਬ ਲੰਗਰ ਦੀ ਸੇਵਾ ਕਰਦੇ ਆ ਹਜ਼ੂਰ ਸਾਹਿਬ ਤੋਂ ਆ ਕੇ ਨਦੇੜ ਸਾਹਿਬ ਤੋਂ ਜੀ ਸਿੰਘੂ ਬਾਰਡਰ ਤੇ ਸੇਵਾ ਉਹ ਵੀ ਕਰਦੇ ਹੂੰ ਹੂੰ ਲੇਕਿਨ ਜਿਹੜੇ ਪੰਜਾਬ ਚ ਵਿਚਰਨ ਵਾਲੇ ਲੋਕ ਹੈ ਜੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਮਹਿਲ ਵੀ ਪਾ ਲਏ ਇੱਕ ਤਾਂ ਬਾਬੇ ਨੇ ਕਹਿੰਦੇ ਜੀ ਆਪਣੇ ਬੁਰਗਾੜੀ ਵਾਲੇ ਅੰਦੋਲਨ ਦੇ ਵਿੱਚ ਉਹ ਇਹ ਜੀ ਮਤਲਬ ਕਾਰਵਾਈ ਕੀਤੀ ਕਹਿੰਦੇ ਉਹਨੇ ਤਾਂ ਇਹਦਰ ਸਾਡੇ ਆਪਣੇ ਜ਼ਮੀਨ ਵੀ ਖਰੀਦ ਲਈ ਹੈ ਜਿਹੜਾ ਪਟਿਆਲਾ ਰੋਡ ਤੇ ਅੱਛਾ ਜੀ ਬਠਿੰਡੇ ਤੋਂ ਮੋੜਾਂ ਨੂੰ ਜਿਹੜਾ ਜ਼ਮੀਨ ਵੀ ਖਰੀਦ ਲਈ ਹੈ ਮੈਡੀਕਲ ਕਾਲਜ ਕੂਲ ਜਿੱਥੇ ਕਹਿੰਦੇ ਸਕੂਲ ਸਕਲ ਬਣਾਉਣ ਬਾਰੇ ਵੀ ਗੱਲਾਂ ਕਰ ਰਹੇ ਹਾਂਜੀ ਬੱਲੇ 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 ਜੇ ਆਪਾਂ ਬਰਗਾੜੀ ਅੰਦੋਲਨ ਦੀ ਗੱਲ ਕਰਦੇ ਵੀ ਕਿੱਥੋਂ ਦੀ ਕੀ ਦੀ ਕੀ ਕਿਵੇਂ ਕੁਛ ਗਿਆ ਬਥੇਰੇ ਨੇ ਬੜਾ ਕੁਝ ਖੱਟੇ ਹੂੰ ਹੂੰ ਸੋ ਉਹਨਾਂ ਨੂੰ ਵੀ ਜਿਵੇਂ ਉਹ ਫਿਰ ਉਹ ਤਾਂ ਚੁੱਪ ਕੀਤੇ ਬੈਠੇ ਹੂੰ ਹੂੰ ਤੇ ਜਿਹੜੇ ਸਰਵਿਸਸ ਨਾਲ ਜੁੜੇ ਲੋਕ ਆ ਜਿਹੜੇ ਆਈਐਸ ਅਫਸਰ ਆ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਉਹਨਾਂ ਨੂੰ ਤਾਂ ਸਾਰਾ ਪਤਾ ਜੇ ਉਹ ਵੱਡੀ ਉਮਰ ਆ ਉਹਨਾਂ ਦੀ ਸਿਆਣੀ ਉਮਰ ਦੇ ਵਿੱਚ ਉਹ ਉੱਠ ਕੇ ਤੁਰਦੇ ਤਾਂ ਇਹ ਬਹੁਤ ਵੱਡਾ ਸੰਦੇਸ਼ ਹੈ ਛੋਟਾ ਨਹੀਂ ਜੀ ਤੇ ਟੱਲੋ ਸਭ ਬਿਹਾਰ ਚ ਵੀ ਕਹਿੰਦੇ ਫਿਰ ਪ੍ਰਦਰਸ਼ਨ ਉਹਨੇ ਸ਼ੁਰੂ ਹੋ ਗਏ ਆ ਕਿਸਾਨਾਂ ਦੇ ਇੱਕ ਇਸ ਮਾਮਲੇ ਸ਼ੁਰੂ ਹੋਇਆ ਜੀ ਬਿਹਾਰ ਦੇ ਇੱਕ ਲੀਡਰ ਹੈ ਜੀ ਜੀ ਅਮਰਿੰਦਰ ਪ੍ਰਤਾਪ ਸਿੰਘ ਹੂੰ ਹੂੰ ਉਹ ਭਾਜਪਾ ਦੇ ਸੀਨੀਅਰ ਐਮਐਲਏ ਜੀ ਉੱਥੋਂ ਦੇ ਖੇਤੀਬਾੜੀ ਮੰਤਰੀ ਵੀ ਹੈ ਹੂੰ ਹੂੰ ਉਹਨਾਂ ਨੇ ਜੀ ਹੁਣ ਇੱਕ ਕੀ ਕਵਾਂਗੇ ਆਪਾਂ ਉਹਨੂੰ ਵਿਖਿਆਨ ਜਾਰੀ ਕੀਤਾ ਹੈ ਅੱਛਾ ਜੀ ਕਹਿੰਦੇ ਜਿਹੜੇ ਸਿੰਘੂ ਬੈਠੇ ਹੈ ਜਿਹੜੇ ਟਿਕਰੀ ਬੈਠੇ ਹੈ ਹੂੰ ਹੂੰ ਇੱਕ ਕਿਸਾਨ ਥੋੜਾ ਹੈ ਅੱਛਾ ਜੀ ਇਹ ਤਾਂ ਕਹਿੰਦੇ ਦਲਾਲ ਦੇ ਲੋਕ ਹੈ ਨਾ ਹیدرਫੱਟੇ ਮੂੰਦੇ ਹਾਂ ਇਹ ਤਾਂ ਲਾਲ ਦੇ ਲੋਕ ਹੈ ਕਹਿੰਦਾ ਇਹਨੂੰ ਕਿਸਾਨ ਅੰਦੋਲਨਿਕ ਮੈਂ ਕਹਾਂ ਢਾਈ ਟੋਟਰੂ ਹੈ ਅੱਛਾ ਢਾਈ ਆ ਹਜੇ ਢਾਈ ਟੋਟਰੂ ਹੈ ਕਹਿੰਦਾ ਪੰਜਾਬ ਫਿਰ ਨਾਲ ਢਾਈ ਟੋਟਰੂ ਬੈਠੇ ਇਹਨਾਂ ਦਾ ਕੀ ਗੱਲ ਕਰਨੀ ਹੈ ਹੂੰ ਹੂੰ ਕਿਸਾਨ ਤਾਂ ਕਹਿੰਦਾ ਅਸੀਂ ਤਾਂ ਮੰਨੀਆਂ ਨਾ ਵੀ ਇਹ ਕਿਸਾਨਾਂ ਦਾ ਅੰਦੋਲਨ ਆ ਜੇ ਭਾਰਤ ਦੇ 5 ਲੱਖ ਪਿੰਡਾਂ ਦੇ ਵਿੱਚੋਂ ਕਹਿੰਦਾ ਤੂਫਾਨ ਆਵੇ ਜੀ ਤੇ ਸ਼੍ਰੀਮਾਨ ਜੀ ਜਦੋਂ 5 ਲੱਖ ਪਿੰਡਾਂ ਚੋਂ ਤੂਫਾਨ ਹੋ ਗਿਆ ਹੂੰ ਤੇ ਤੁਸੀਂ ਵੀ ਤਾਸ਼ ਦੇ ਪੱਤੇ ਅੰਗੂਟਜੋ ਉੱਡ ਜੂਗੇ ਫਿਰ ਤੁਹਾਨੂੰ ਨਹੀਂ ਵੀ ਕਿਸੇ ਦਾ ਇਹ ਨਾ ਵੀ ਦਿੱਲੀ ਵਾਲੇ ਜਿਹੜੇ ਹੈਗੇ ਆ ਬੰਗਲੇ ਉਹ ਨਾਲ ਦੀ ਨਾਲ ਕੰਬਣ ਲੱਗ ਜਾਣਗੇ ਲੂਟੀਨ ਜ਼ੋਨ ਦੇ ਵਿੱਚ ਹੂੰ ਹੂੰ ਪਚਾਲ ਆ ਜਾਣੇ ਜੀ ਉਹਨਾਂ ਨੇ ਜਿਹੜਾ ਇਸ ਕਿਸਮ ਦੀ ਗੱਲ ਕੀਤੀ ਹੈ ਇੱਕ ਕੱਲ ਆਪਾਂ ਗੱਲ ਕਰਦੇ ਸੀ ਲੀਲਾ RAM ਜੀ ਸੀ ਹੂੰ ਹੂੰ ਕੈਥਲ ਤੋਂ ਉਹਨਾਂ ਨੇ ਵੀ ਬੜਾ ਕੁਝ ਕਿਹਾ ਸੀ ਜੀ ਉਹਨਾਂ ਨੇ ਕਿਹਾ ਸੀ ਜੀ ਤਾਂ Imran Khan ਜਿੰਦਾਬਾਦ ਦੇ ਨਾਰੇ ਲਾਉਂਦੇ ਅੱਛਾ ਇਹ ਤਾਂ ਜੀ ਉਥੋਂ ਖਾਲਿਸਤਾਨ ਦੇ ਨਾਰੇ ਜਿੰਦਾਬਾਦ ਦੇ ਹੂੰ ਹੂੰ ਹੁਣ ਤੁਸੀਂ ਇਹ ਦੇਖੋ ਕਿ Nehru Gandhi ਖਾਨਦਾਨ ਜੀ ਪੰਡਤ Jawaharlal Nehru ਤੋਂ ਲੈ ਕੇ Sonia Gandhi ਤੱਕ Rahul Gandhi ਤੱਕ ਜੀ ਇਹਨਾਂ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਕਿਵੇਂ ਲੈਂਦੀ ਹੈ ਜੀ ਸਭ ਤੋਂ ਵੱਡੇ ਦੁਸ਼ਮਨਾ ਬਗਰੋਂ ਇਹ ਲੰਦੇ ਜਿਹੜੀ ਮਤਲਬ ਜਿਹੜੀ ਨਹਿਰੂ ਦੀ ਵਿਚਾਰਧਾਰਾ ਹੈ ਜੀ ਨਹਿਰੂ ਦੀ ਵਿਚਾਰਧਾਰਾ ਨੂੰ ਸਮਾਪਤ ਕਰਨਾ ਇਹਨਾਂ ਦਾ ਅਜੰਡਾ ਨੰਬਰ 1 ਹੈ ਜੀ ਕਿਉਂਕਿ ਉਹ ਮਾੜੀ ਮੋਟੀ ਸੈਕੂਲਰਿਜ਼ਮ ਦੀ ਗੱਲ ਕਰਦੇ ਸੀ ਹੂੰ ਹੂੰ ਤੇ ਇਹ ਹੁਣ ਲੀਲਾ RAM ਜੀ ਫਿਰ ਉੱਥੇ ਕੀ ਕਹਿੰਦੇ ਐ ਜੀ ਲੀਲਾ RAM ਜੀ ਕਹਿੰਦੇ ਜੀ ਉੱਥੇ ਨਾਰੇ ਕੀ ਲੱਗਦੇ ਐ ਕਿ ਇੰਦਰਾ ਜੀ ਕੋ ਠੋਕਾ ਹੈ ਹੂੰ ਮੋਦੀ ਕੋ ਠੋਕੇਗੇ ਅੱਛਾ ਇਹ ਸਿੰਘੂ ਜੀ ਤੁਸੀਂ ਵੀ ਗਏ ਹੋ ਮੈਂ ਵੀ ਗਿਆ ਮੈਂ ਵੀ ਗਿਆ ਆਪਾਂ ਦਾ ਸੁਣਿਆ ਇਹ ਨਾਰਾ ਕਿੱਥੇ ਸੁਣਿਆ ਕਿੱਥੇ ਲੱਗੇ ਨਾ ਇਬਰਾਨ ਖਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਮਤਲਬ ਹੁਣ ਇਸ ਵੇਲੇ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਪਹਿਲਾਂ ਤਾਂ ਸੀ ਕਾਰਨ ਦਾ ਨੂੰ ਕੀ ਕਹਾਂਗੇ ਆਪਾਂ ਛਲਕਪਟ ਕੀਤਾ ਜੀ 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 ਤੇ ਹੁਣ ਜਿਹੜਾ ਹੈਗਾ ਬਦਨਾਮ ਕਰਨ ਵਾਲੇ ਪਾਸੇ ਪਏ ਹੂੰ 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 ਬਦਨਾਮ ਕਰਕੇ ਤੇ ਫਿਰ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਇਸ ਅੰਦੋਲਨ ਨੂੰ ਲੀਤੋ ਲਾਈਏ ਲੀਤੋ ਲਾਈਏ ਲੀਤੋ ਲਾਉਣ ਬਾਸਤੇ ਮਤਲਬ ਇਸ ਕਿਸਮ ਦਾ ਪ੍ਰਚਾਰ ਕਰਦੇ ਜਦੋਂ ਇਹ ਪ੍ਰਚਾਰ ਕਰਦੇ ਤੇ ਪ੍ਰਧਾਨ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਹੂੰ ਹੂੰ ਉਦੋਂ ਉਹਨਾਂ ਦਾ ਨਜ਼ਰੀਆ ਕੀ ਹੁੰਦਾ ਕਿ ਜੀ ਇਹ ਬੰਦੇ ਤਾਂ ਜੀ ਕਿਸਾਨਾ ਦੇ ਨਾਲ ਅਸੀਂ ਤਾਂ ਇਹਨਾਂ ਨਾਲ ਸਾਰੀਆਂ ਗੱਲਾਂ ਕਰਨ ਨੂੰ ਤਿਆਰ ਇਹ ਨਹੀਂ ਕਰਦੇ ਇਹ ਨਹੀਂ ਕਰਦੇ ਮਤਲਬ ਤੁਸੀਂ ਦੇਖੋ ਕਿ ਦੋ ਤਿੰਨ ਧਾਰੀ ਜਿਹੜਾ ਦੋ ਤਿੰਨ ਧਾਰੇ ਹਮਲਾ ਹੋ ਰਿਹਾ ਹੂੰ ਹੂੰ ਦੂਰਾ ਤੀਰਾ ਹਮਲਾ ਹੋ ਰਿਹਾ ਕਿਸੇ ਪਾਸੇ ਕੁਸ਼ ਕੀਤਾ ਜਾ ਰਿਹਾ ਕਿਸੇ ਪਾਸੇ ਕੁਸ਼ ਕੀਤਾ ਜਾ ਰਿਹਾ ਕਿਤੇ ਉਹਨੂੰ ਅਨਦਾਤਾ ਕਿਹਾ ਜਾਂਦਾ ਕਿਤੇ ਉਹਨੂੰ ਚੋਰੋ ਚੱਕਾ ਕਿਹਾ ਜਾਂਦਾ ਕਿਤੇ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਕਿਤੇ ਉਹਨੂੰ ਨਕਸਲਵੜੀਆ ਕਿਹਾ ਜਾਂਦਾ ਕਿਤੇ ਉਹਨੂੰ ਪਾਕਿਸਤਾਨੀ ਕਿਹਾ ਜਾਂਦਾ ਚੀਨੀ ਕਿਹਾ ਜਾਂਦਾ ਜੀ ਜੀ ਕਦੇ ਉਹਨਾਂ ਨੂੰ ਕਾਂਗਰਸ ਦੇ ਏਜੰਟ ਬਣਾ ਦਿੰਦੇ ਆ ਵਿਰੋਧੀ ਤਰ੍ਹਾਂ ਦੇ ਏਜੰਟ ਬਣਾ ਦਿੰਦੇ ਆ ਇਹ ਜਿਹੜਾ ਜਿਹੜ ਕਹਾਣੀ ਆਪਾਂ ਗੱਲ ਕਰਦੇ ਹੁੰਦੇ ਕਿ ਇੱਕ ਝੂਠ ਨੂੰ 100 ਵਾਰ ਦੁਹਰਾ ਦਿਓ ਤੇ ਲੋਕ ਸੱਚ ਮੰਨ ਲੈਂਦੇ ਆ ਹੁਣ ਇਹ ਉਸ ਥਿਉਰੀ ਦੇ ਉੱਤੇ ਚੱਲੇ ਹੋਏ ਆ ਢੱਲੋ ਜੀ ਬਸ ਸੱਚ ਦੇਖ ਲਓ ਇੱਕੋ ਤੁਸੀਂ ਦੇਖਿਆ ਹੋਣਾ ਮੁੰਡਾ ਹੈਗਾ ਇੱਕ ਕੋਈ ਸਿੰਗਰ ਹੈ ਕਿ ਕੌਣ ਹੈ ਹਰਪ ਪਰਫਾਰਮਰ ਨਾਂ ਦੇ ਹੁਣ ਆ ਬੀਜੇਪੀ ਜਾਂ ਕੇਂਦਰ ਸਰਕਾਰ ਉਹਨਾਂ ਨੇ ਬਣਾਇਆ ਬੀਜੇਪੀ ਨੇ ਕੀਤਾ ਕਹਿੰਦੇ ਜੀ ਇਹ ਜਿਹੜਾ ਕਾਨੂੰਨ ਬੜੇ ਵਧੀਆ ਤੇ ਕਿਸਾਨ ਬੜਾ ਖੁਸ਼ ਆਉਦਾ ਮੋਢੇ ਤੇ ਕਹੀ-ਕੁਹੀ ਲਾ ਕੇ ਫੋਟੋਆਂ ਪਾਤੀਆਂ ਹੁਣ ਉਹ ਕਹਿੰਦਾ ਮੈਂ ਤਾਂ ਪਤੰਦਰੋ ਧਰਨੇ 'ਚ ਬੈਠਾ ਤੁਹਾਡੇ ਖਿਲਾਫ ਬੈਠਾ ਮੇਰੀ ਫੋਟੋ ਕਿਵੇਂ ਲਾਤੀ ਉਹ ਸ਼ਰਮ ਪਈ ਜਾਂ ਮੰਨ ਲਓ ਕਹਿੰਦਾ ਕੁਝ ਹਾਂ ਦੱਸੋ ਆ ਕਹਿੰਦਾ ਫੋਟੋ ਚੱਕਲੀ ਹੋਣੀ ਆ ਉਹਦੀ ਹਾਂ ਫੋਟੋ ਚੱਕਲੀ ਹੋਣੀ ਆ ਫੋਟੋ ਕੰਪਿਊਟਰ ਦੀ ਮਦਦ ਦੇ ਨਾਲ ਸਾਰਾ ਕੋਣ ਬਕਾਉਂਦਾ ਬਜਾਉਂਦਾ ਹੋਣਾ ਜੀ ਬਿਲਕੁਲ ਤੇ ਉਧਰ ਬ੍ਰਿਟਾਨੀਆ 'ਚ ਕਹਿੰਦੇ ਕਰੋਨਾ ਦਾ ਬੜਾ ਘਾਤਕ ਰੁ ਏ ਦੇਖੋ ਜੀ ਬ੍ਰਿਟਾਨੀਆਂ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਆਇਆ ਹੂੰ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਨਵਾਂ ਵਾਇਰਸ ਆਇਆ ਹੈ ਜੀ ਇਹਨੂੰ ਅਸੀਂ ਕਹਾਂਗੇ ਜਿਵੇਂ ਪਹਿਲਾਂ ਕਹਿੰਦੇ ਸੀ ਨਾ ਵੀ ਇਹ ਇਹ ਆਪਣਾ ਇਹ ਰੰਗ ਰੂਪ ਆਪਣੇ ਤਬਦੀਲ ਕਰਦਾ ਹੈ ਹੂੰ ਹੂੰ ਲੱਛਣ ਤਬਦੀਲ ਕਰਦਾ ਹੈ ਜੀ ਕਿਸੇ ਨਾਕ ਰੂਪ ਆਦਾ ਰੂਪ ਬਦਲਦਾ ਹੈ ਹੂੰ ਹੂੰ ਆਦਾ ਕਰੈਕਟਰ ਬਦਲਦਾ ਹੈ ਉਹ ਚਰਿੱਤਰ ਬਦਲ ਕੇ ਜਿਹੜਾ ਇਹ ਵਾਰੀ ਵਾਰੀ ਆ ਰਿਹਾ ਹੈ ਕਹਿੰਦੇ ਜਿਹੜਾ ਹੁਣ ਆਲਾ ਵਾਇਰਸ ਹੈ ਜੀ ਇਸ ਬੈਰਸ ਦਾ ਫਲੋ ਪਹਿਲੇ ਨਾਲੋਂ 70 ਗੁਣਾ ਜ਼ਿਆਦਾ ਹੈ। ਅੱਛਾ ਜੀ। ਜੇ ਪਹਿਲਾਂ ਇੱਕ ਬੰਦੇ ਤੋਂ ਇੱਕ ਨੂੰ ਲਾਗ ਲੱਗਦੀ ਸੀ ਹੂੰ ਹੂੰ ਤਾਂ ਹੁਣ ਇੱਕ ਤੋਂ ਮਤਲਬ ਜਿਹੜਾ ਹੈ 17 ਨੂੰ ਲਾਗ ਲੱਗ ਸਕਦੀ ਹੈ। ਜੀ। ਔਰ ਇਹਦੇ ਨਾਲ ਹੜਕੰਪ ਮਚ ਗਏ। ਹੂੰ ਹੂੰ ਯੂਰੋਪੀਅਨ ਯੂਨੀਅਨ ਦੇ ਬਹੁਤ ਸਾਰੇ ਦੇਸ਼ਾਂ ਨੇ ਆਪਣਾ ਜਿਹੜੀ ਆਵਾ ਗਮਨ ਸੀ ਜੀ ਉਹ ਸਸਪੈਂਡ ਕਰ ਦਿੱਤੀ ਹੈ। ਆਉਣ ਜਾਣ ਬੰਦ ਕਰ। ਆਉਣ ਜਾਣ ਬੰਦ ਕਰ ਦਿੱਤਾ ਹੈ ਔਰ ਇਸੇ ਤਰੀਕੇ ਨਾਲ ਸੀ ਦੇਖੀਏ ਤਾਂ ਇਧਰਲੇ ਪਾਸੇ ਖਾੜੀ ਦੇ ਕਈ ਦੇਸ਼ਾਂ ਨੇ ਵੀ ਉਤੇ ਆਪਣੀਆਂ ਜਿਹੜੀਆਂ ਫਲਾਈਟਸ ਬੰਦ ਕਰਤੀਆਂ। ਫਿਰ ਜਾਜ ਬੰਦ ਹੁੰਦੇ ਨੇ ਜਾਂ ਆਉਂਦੇ ਨੇ। ਹਾਂਜੀ ਨਾ ਹੋਗੇ ਭਾਰਤ ਤੋਂ ਵੀ ਹੋਗੇ ਜੀ। ਅੱਛਾ ਜੀ। ਭਾਰਤ ਦੇ ਵਿੱਚੋਂ ਬੀਤੀ ਰਾਤ ਜਿਹੜੀ ਹੈਗੀ ਅੱਜ ਸਵੇਰੇ 12:01 ਮਿੰਟ ਤੋਂ ਹੂੰ ਹੂੰ ਕੋਈ ਵੀ ਜਿਹੜੀ ਹੈ ਇੰਗਲੈਂਡ ਤੋਂ ਆਉਣ ਵਾਲੀ ਫਲਾਈਟ ਹੈ ਜਿਹੜੀ ਉਹ ਇੱਥੇ ਉਹ ਬੰਦ ਹੈ। ਜੀ। ਤੇ ਇੱਥੋਂ ਇੰਗਲੈਂਡ ਨੂੰ ਨਹੀਂ ਕੋਈ ਜਾਣਗੇ। ਹੂੰ ਹੂੰ ਜਿਹੜੇ ਲੋਕ ਆ ਗਏ ਹੂੰ ਹੂੰ ਉਹਨਾਂ ਲੋਕਾਂ ਦਾ ਮੁਕੰਮਲ ਨਿਰੀਖਣ ਹੋਊਗਾ ਤੇ ਨਿਰੀਖਣ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਹਵਾਈ ਜਿਹੜੇ ਤੋਂ ਬਾਹਰ ਕੱਢਿਆ ਜਾਊਗਾ। ਹੂੰ ਹੂੰ ਮਤਲਬ ਇਹ ਕਾਫੀ ਹੈ। ਜਿੰਨਾ ਜਿੰਨਾ ਇਹ ਭਿਆਨ ਜੀ ਤੇ ਉਹਦੀ ਇਹਦੀ ਭਿਆਨਕਤਾ ਦੇ ਨਾਲ ਹੀ ਆਪਾਂ ਦੂਜਾ ਦੇਖੀਏ ਤਾਂ ਆਪਣੇ ਇੱਕ ਬਾਬਾ ਜੀ ਐ ਸਨਵਾਰ ਵਾਲੇ ਬਾਬਾ ਜੀ ਹਾਂਜੀ ਉਹਨਾਂ ਦੀ ਉਹਨਾਂ ਨੇ ਇੱਥੇ ਸ਼ੋਸ਼ਾ ਛੱਡਿਆ ਸੀਗਾ ਜੀ ਕਹਿੰਦੇ ਮੈਂ ਇੱਕ ਦਵਾਈ ਬਣਾਤੀ ਕਰੋਨਾ ਦਾ ਕਰੋਨਾ ਦਾ ਇਲਾਜ ਹੋਊਗਾ ਉਹਦੀਆਂ ਦਵਾਈਆਂ ਛੱਡਦੇ ਫਿਰਦੇ ਅਮਰੀਕਾ ਵਾਲੇ ਬਾਹਰ ਹਾਂ ਹਾਂ ਉਹ ਕਹਿੰਦੇ ਕਰੋਨਾ ਦਾ ਇਲਾਜ ਹੋਊਗਾ ਤੇ ਕਰੋਨਾ ਦਾ ਇਲਾਜ ਕਰਦੇ ਕਰਦੇ ਨੇ ਜਦੋਂ ਰੌਲਾ ਪੈ ਗਿਆ ਹੂੰ ਹੂੰ ਇੱਥੇ ਕਈ ਮਤਲ ਜਿਹੜੇ ਹੈਗੇ ਮੀਡੀਆ ਅਮ ਪੋਰਟਲ ਜੀ ਉਹਨਾਂ ਨੇ ਉਹਨਾਂ ਨੇ ਜਦੋਂ ਇਹ ਬਿਲਕੁਲ ਬੇਨਕਾਬ ਕਰਤਾ ਕਿਤੇ ਗਾਲੀ ਕੋਈ ਹੈ ਨਹੀਂ ਹੂੰ ਹੂੰ ਫਿਰ ਉਹ ਕਹਿੰਦੇ ਜੀ ਨਹੀਂ 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 ਅਸੀਂ ਦੇ ਨਾਲ ਇਹ ਨਹੀਂ ਕਿ ਆ ਵੀ ਇਹਦਾ ਨਾ ਇਲਾਜ ਹੁੰਦਾ ਜੀ ਅਸੀਂ ਇਹ ਕਿਹਾ ਸੀ ਵੀ ਇਹ ਨਾ ਜਿਹੜਾ ਇਮਿਊਨ ਸਿਸਟਮ ਹੈ ਹੂੰ ਉਹਨੂੰ ਵਧਾਉਂਦਾ ਹੈ ਅੱਛਾ ਜੀ ਤੇ ਜਦੋਂ ਇਮਿਊਨ ਸਿਸਟਮ ਥੋੜਾ ਵੱਧ ਗਿਆ ਤੁਹਾਨੂੰ ਕਰੋਨਾ ਹੋਈ ਨਹੀਂ ਸਕਦਾ ਹੂੰ ਇਹ ਇੱਕ ਕਿਸਮ ਦੀ ਰੋਕੂ ਕਾਰਵਾਈ ਹੈ ਕਹਿੰਦੇ ਜੀ ਪ੍ਰੀਵੈਂਟਿਵ ਕਹਿੰਦੇ ਇਹ ਹੈਗਾ ਟ੍ਰੀਟਮੈਂਟ ਜੀ ਲਓ ਜੀ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਇਹ ਫਿਰ ਉਹਨਾਂ ਦਾ ਦੇ ਪਾਰ ਸਰਕਾਰ ਨੇ ਤਾਂ ਮੰਨਤਾ ਦਿੱਤੀ ਉਹਨਾਂ ਨੂੰ ਹੂੰ ਹੂੰ ਵੀ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਤੇ ਮੰਨਤਾ ਦੇਣ ਵੀ ਕਿਉਂ ਨਾ ਹਾਂ ਬਿਲਕੁਲ ਜੀ ਕਿਉਂਕਿ ਉਹਨਾਂ ਨੇ ਇੱਕ ਬਾਬਾ ਅੰਨਾ ਹਜਾਰੇ ਹੁੰਦਾ ਸੀ ਹੂੰ ਹੂੰ ਤੇ ਅੰਨਾ ਹਜਾਰੇ ਤੋਂ ਬਾਅਦ ਫਿਰ ਇਹ ਆ ਗਈ ਜੀ ਇਹਨਾਂ ਦੋ ਬੰਦਿਆਂ ਨੇ ਪੂਰਾ ਵਾਤਾਵਰਨ ਬਣਾਇਆ ਸੀ ਜਿਹੜੀ ਪਿਛਲੀ ਯੂਪੀਏ 2 ਦੀ ਸਰਕਾਰ ਆ ਵੀ ਕਰਪਟ ਹੈ ਜੀ ਔਰ ਉਹ ਵਾਤਾਵਰਨ ਬਣਾ ਕੇ ਇਹਨਾਂ ਨੇ ਵਾਤਾਵਰਨ ਹੱਕ 'ਚ ਬਣਾਇਆ ਕਿਹਦੇ ਬੀਜੇਪੀ ਤੇ ਨਰਿੰਦਰ ਮੋਦੀ ਸਾਹਿਬ ਉਹ ਵਾਤਾਵਰਨ ਬਣਾ ਕੇ ਉਹਨਾਂ ਦੀ ਸਰਕਾਰ ਬਣ ਗਈ ਸਰਕਾਰ ਨੇ ਫਿਰ ਇੰਨਾ ਕਿਹਾ ਉਹਦਾ ਇਬਜ਼ਾਨਾ ਮੂੜਨਾ ਸੀ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਲੋਕ ਮਰ ਰਹੇ ਹੈ ਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀ ਹੈ ਕਿ ਲੋਕਾਂ ਦੇ ਨਾਲ ਫਰਾਡ ਕਰਨਾ ਹੈ ਫਰਾਡ ਕਰ ਰਹੀ ਹੈ ਸਰਕਾਰ ਸਰਕਾਰ ਫਰਾਡ ਕਰਵਾ ਰਹੀ ਹੈ ਫਰਾਡ ਕਰਾ ਰਹੀ ਹੈ ਬਿਲਕੁਲ ਸਰਕਾਰ ਫਰਾਡ ਕਿਉਂ ਕਰਵਾ ਰਹੀ ਹੈ ਇਹ ਸਾਬਤ ਹੋ ਗਿਆ ਹੁਣ ਹਮ ਜਿੱਥੇ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਦੀ ਕਹਾਣੀ ਹੋਈ ਹੈ ਤੇ ਉੱਥੇ ਇੰਗਲੈਂਡ ਦੇ ਵਿੱਚ ਹੋਰ ਕਹਾਣੀ ਹੋਗੀ ਜੀ ਬੀਬੀਸੀ ਤੁਹਾਨੂੰ ਪਤਾ ਵੀ ਬੜੀ ਤਕੜੀ ਜਿਹੜੀ ਸਰਵਿਸ ਹੈ ਹਮ ਹਮ ਬੀਬੀਸੀ ਨੂੰ ਇੱਥੇ ਪਤਾ ਸੀ ਕਿ ਭਾਰਤ ਦੇ ਵਿੱਚ ਕੀ ਕੁਝ ਕਰਦਾ ਕਿਉਂਕਿ ਬੀਬੀਸੀ ਦਾ ਜਿਹੜਾ ਹੈਗਾ ਨੈਟਵਰਕ ਇੱਥੇ ਵੀ ਕੰਮ ਕਰਦਾ ਹੈ ਜੀ ਹ ਤੇ ਬੀਵੀਸੀ ਵਾਲਿਆਂ ਨੇ ਜਿਹੜੇ ਉੱਥੇ ਪਤੰਜਲੀ ਦੇ ਸਟੋਰ ਹੈ ਜੀ ਉੱਥੋਂ ਕੁਝ ਦਵਾਈਆਂ ਖਰੀਦ ਲਈ ਹੂੰ ਉਹਨਾਂ ਨੇ ਦਵਾਈਆਂ ਖਰੀਦ ਖਰੀਦ ਕੇ ਤੇ ਆਪਣੇ ਪੱਧਰ ਤੇ ਉਹਨਾਂ ਨੂੰ ਐਗਜ਼ਾਮਨ ਕਰਾਇਆ ਅੱਛਾ ਜੀ ਜਦੋਂ ਉਹ ਐਗਜ਼ਾਮਨ ਕਰਾਇਆ ਤੇ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਤਾਂ ਕੁਝ ਵੀ ਨਹੀਂ ਹੈ ਹੂੰ ਉਸ ਤੋਂ ਬਾਅਦ ਬੀਵੀਸੀ ਨੇ ਆਪਣੀ ਜਿਹੜੀ ਸਟੋਰੀ ਚਲਾਈ ਜੀ ਬੀਵੀਸੀ ਨੇ ਤਹਿਲਕਾ ਮਚਾਇਆ ਇੰਗਲੈਂਡ ਦੇ ਵਿੱਚ ਉਹ ਬੱਲੇ ਹਾਂਜੀ ਉਹਦਾ ਤਹਿਲਕਾ ਮਚਣ ਤੋਂ ਬਾਅਦ ਹੋਇਆ ਕੀ ਕਿ ਇੰਗਲੈਂਡ ਦੀ ਸਰਕਾਰ ਨੇ ਵੀ ਉਹਦਾ ਐਨਾਲਿਸਿਸ ਕਰਵਾਇਆ ਹੂੰ 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 ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਭੇਜਿਆ ਵੀ ਇਹਦਾ ਤੁਸੀਂ ਦੇਖੋ ਜੀ ਜੀ ਤੇ ਯੂਨੀਵਰਸਿਟੀ ਦੇ ਜਿਸ ਜਿਸ ਟੈਕਨੀਸ਼ੀਅਨ ਨੇ ਜਿਸ ਸੰਸਥਾਨ ਨੇ ਉਹਦਾ ਵਿਸ਼ਲੇਸ਼ਣ ਕੀਤਾ ਹੈ ਇਹ ਹੈ ਕਿ ਉਹ ਬੀਬੀ ਹੈ ਜੀ ਤੇ ਉਹ ਹੈ ਵੀ ਇੰਡੀਅਨ origin ਦੀ ਹੂੰ 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 ਭਾਰਤੀ ਮੂਲ ਦੀ ਹੈ ਅੱਛਾ ਜੀ ਉਹਨੇ ਕਹਿੰਦਾ ਜੀ ਇਹ ਸਵਾਏ ਜਿਹੜੇ ਆ ਨਾ ਜਿਵੇਂ ਅਰਕ ਹੁੰਦੇ ਆ ਆਪਣੇ ਅਰਕ ਹੀ ਹੈ ਦਾ ਅਰਕ ਇਨ ਆਰਕਾ ਹਰਕਾ ਤੋਂ ਬਗੈਰ ਕੁਝ ਵੀ ਨਹੀਂ ਹੂੰ ਹੂੰ ਤੇ ਹੁਣ ਉੱਥੇ ਇਹ ਹੋ ਗਿਆ ਜੀ ਫੈਸਲਾ ਉੱਥੇ ਦੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਤੇ ਇਸ ਤੇ ਹੁਗ ਮੇਰੇ ਤੋਂ ਨਹੀਂ ਨਾ ਤੁਹਾਡੇ ਤੋਂ ਹੋਣੀ ਕਿਉਂਕਿ ਜਿਨ੍ਹਾਂ ਨੇ ਬਣਾਈ ਹੈ ਤੇ ਨਾ ਹੀ ਉਹਨਾਂ ਤੇ ਹੋਣੀ ਆਪਣੀ ਜਿਹੜੀ ਕਾਗਜ਼ਾਂ ਤੇ ਹੋਣੀ ਹੈ ਜੀ ਕਿਉਂਕਿ ਪਤੰਜਲੀ ਜਿਹੜੀ ਹੈਗੀ ਫਰਮ ਦਾ ਕਾਗਜ਼ਾਂ ਹੂੰ ਹੂੰ ਕਾਗਜ਼ੇ ਜਿਨ੍ਹਾਂ ਬੰਦੇ ਨੇ ਬਣਾਏ ਉਹਨਾਂ ਤੇ ਹੋਊਗੀ ਜੀ ਤੇ ਇਹ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਬਾਬਾ RAMDEEP ji ਆ ਉਹ ਤਾਂ ਆਪਣੇ ਆਪ ਨੂੰ ਤਾਂ ਕਹਿੰਦੇ ਜੀ ਮੈਂ ਹਰ ਬਿਮਾਰੀ ਦਾ ਇਲਾਜ ਕਰ ਦਿੰਨਾ ਹਾਂ ਜੀ ਤੇ ਜਦੋਂ ਆਪ ਦਾ ਕੁਛ ਮਾੜਾ ਮੋਟਾ ਵਿੰਗਾ ਟੇਡਾ ਜਾਂ ਹੋ ਜੇ ਕੁਛ ਨਾ ਕੁਛ ਦੁਖਣ ਲੱਗ ਜਾਵੇ ਤੇ ਉਦੋਂ ਵਿਦੇਸ਼ ਦੇ ਵਿੱਚ ਇਲਾਜ ਕਰਾਉਣ ਜਾਂਦੇ ਇਹਨਾਂ ਦੇ ਨਾਲ ਇੱਕ ਹੋਰ ਹੁੰਦੇ ਗੁੰਡੇ ਪਾ ਕੇ ਲੈ ਬਰ ਉਹਨਾਂ ਨਾਲੇ ਲੋ ਹਾਂ ਹਾਂ ਇਹਨਾਂ ਦਾ ਭਾਈਵਾਲ ਹਾਉ ਨੂੰ ਗਰ ਹਾਸ ਪੈ ਗਈ ਸੀ ਉਹਨੂੰ ਉਹਨੇ ਵੀ ਜਾ ਕੇ ਜਿਹੜਾ ਹੈਗਾ ਆਪਣੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਉਹ ਇਲਾਜ ਕਰਵਾਇਆ ਹੂੰ ਹੂੰ ਸੋ ਗੱਲਾਂ ਜਿਹੜੀਆਂ ਹੈ ਕਿ ਕੋਰੋਨਾ ਵਾਇਰਸ ਆ ਰਿਹਾ ਹੈ ਜੀ ਭਾਵੇਂ ਅਸੀਂ ਆਪਣਾ ਜਿਹੜਾ ਹੈਗਾ ਫਲਾਈਟਸ ਸਸਪੈਂਡ ਕਰ ਦਿੱਤੀ ਹੈ ਹੂੰ ਹੂੰ ਪਰ ਇੱਕ ਗੱਲ ਦੇਖਣੀ ਪੈਣੀ ਹੈ ਕਿ ਜੇ ਸਾਡੀ ਲੋਕਾਂ ਦੀ ਸਿਹਤ ਪ੍ਰਤੀ ਸਾਡੀ ਅਪਰੋਚ ਇੰਨੀ ਨੈਗੇਟਿਵ ਹੈ ਜੀ ਕਿ ਅਸੀਂ ਆਪਣੇ ਜਿਹੜੇ ਨੇੜਲੇ ਬੰਦੇ ਆ ਦਵਾਈ ਕੰਪਨੀਆਂ ਵਿੱਚ ਦਾ ਕੰਮ ਕਰਨ ਵਾਲੇ ਬੰਦੇ ਦਵਾਈਆਂ ਵੇਚਣ ਵਾਲੇ ਬੰਦੇ ਆ ਉਹਨਾਂ ਨੂੰ ਇਹ ਜਿਆ ਕਰ ਦਿੰਦਾ ਫਿਰ ਕੀ ਕਰ ਕੀ ਕਰੂਗੀ ਕੀ ਕਰੂਗੀ ਵਾਕਿਆ ਸਹੀ ਕੀ ਤੁਹਾਡੀ ਹਵਾਈ ਫਲਾਈਟ ਸੇ ਬੰਦ ਕਰੋ ਨਾ ਕਰੋ ਚੱਲੀ ਜਾਂਦੇ ਕੁਛ ਨਾ ਕਰੋ ਜਿਹੜਾ ਹੋਤਾ ਕੁਛ ਰਹੇ ਆਹੀ ਆ ਜੇ ਬੇ ਹੋਣਾ ਹੋਵੇ ਤਾਂ ਫਿਰ ਹੁਣ ਸਿੰਘੂ ਬਾਰਡਰ ਤੇ ਟੀਕਰੀ ਬਾਰਡਰ ਨਾ ਹੋ ਜੇ ਦੱਸੋ ਉੱਥੇ ਨਾ ਹੁੰਦਾ ਠੀਕ ਇਹਦਾ ਸਭ ਡਰਾਮੇ ਬਾਜੀ ਡਰਾਮੇ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹਚਾਉਣੇ ਤੇ ਲਾਜ਼ਮ ਕਾਨੂੰਨ ਪਾਸ ਕਰਾਉਣੇ ਸੀ ਲੋਕ ਮਾਰਨੇ ਸੀ ਚਲੋ ਅੱਲਾ ਅੱਲਾ ਖੈਰ ਸਲਾ ਕੁਇਨੇ ਲੋਕ ਜਾਗੇ ਨੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸੋ ਪ੍ਰੋਗਰਾਮ ਸ਼ਾਮਾਂਦਨ ਬਾਅਦ ਅਸਤੂਰੀ ਇਸ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਵਪਾਰਕ ਸੰਦੇਸ਼ ਤੇ ਫਿਰ ਹਾਜ਼ਰ